हांजी 10वीं क्लास ਦੇ ਵਿਦਿਆਰਥੀਓ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਜਮਾਤ 10वीं ਦੇ ਸਮਾਜਿਕ ਵਿਗਿਆਨ ਯਾਨਕੀ ਐਸਐਸਟੀ ਦਾ ਜਿਹੜਾ ਪੇਪਰ ਹੋਣਾ ਉਸ ਪੇਪਰ ਦੀ ਤਿਆਰੀ ਦੇ ਲਈ ਸੀ ਕਿਹੇ ਪੇਪਰ ਲੈ ਕੇ ਆਏਗੇ ਤਾਂ ਇਹ ਜਿਹਦੀ ਸੀ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਣਾ ਅਤੇ ਜਿੰਨੇ ਵੀ ਕਵੈਸ਼ਨ ਮਿਲਣ ਜਾ ਰਹੇ ਨੇ ਤੁਹਾਨੂੰ ਕੱਲੀ-ਕੱਲੀ ਕਵੈਸ਼ਨ ਦਾ ਆਨਸਰ ਦੱਸਿਆ ਜਾਊਗਾ ਤੁਹਾਨੂੰ ਆਨਸਰ ਲੱਭਣ ਦੇ ਵਿੱਚ ਤੁਹਾਡਾ ਸਮਾਂ ਵੇਸਟ ਨਹੀਂ ਹੋਣਾ ਤਾਂ ਕਰਕੇ ਅਸੀਂ ਜਿਹੜੇ ਆਨਸਰ ਲੱਭ ਕੇ ਆਇਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜਮਾਂ ਵੀ ਸਕਿੱਪ ਨਾ ਕਰਨਾ ਮੈਨੂੰ ਪਤਾ ਲੱਗ ਜਾਂਦਾ ਕਿਹੜਾ ਵਿਦਿਆਰਥੀ ਜਿਹੜਾ ਹੈਗਾ ਉਹ ਵੀਡੀਓ ਸਕਿੱਪ ਕਰਦਾ ਵੀਡੀਓ ਸਕਿੱਪ ਕਰਨ ਦੀ ਵਜ੍ਹਾ ਤੁਹਾਡੀ ਨੁਕਸਾਨ ਹੁੰਦਾ ਕਿਉਂਕਿ ਜਿੰਨੇ ਵੀ ਤੁਹਾਡੇ ਜਿਹੜੇ ਪੇਪਰ ਹੋ ਰਹੇ ਹਨ ਅਸੀਂ ਜਿਹੜੇ ਪੇਪਰਾਂ ਦੇ ਨਾਲ ਤੁਹਾਡੀ ਪ੍ਰੈਕਟਿਸ ਕਰਵਾ ਰਹੇ ਹਾਂ ਕਿ ਉਹਨਾਂ ਵਿੱਚੋਂ ਕਾਫੀ ਜਿਹੜੇ ਹੈਗੇ ਨੇ ਉਹ ਕਵੈਸਚਨ ਆ ਰਹੇ ਨੇ ਕਈ ਪੇਪਰ ਜਿਹੜੇ ਹੈਗੇ ਸੀ ਉਹ ਜਮਾਂ ਹੀ ਸੇਮ ਸੀਗੇ ਤਾਂ ਹੋ ਸਕਦਾ ਹੈ ਕਿ ਤੁਹਾਡਾ ਜਿਹੜਾ ਇਹ ਪੇਪਰ ਹੈਗਾ ਇਹ ਵੀ ਜਿਹੜਾ ਕਾਫੀ ਇੰਪੋਰਟੈਂਟ ਹੈ ਤਾਂ ਇਸ ਵੀਡੀਓ ਨੂੰ ਐਂਡ ਤ ਇਹਦੀ ਅਤੇ ਨਾਲ ਦੇ ਨੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਅਤੇ ਇਹ ਜਿਹੜਾ ਤੁਹਾਨੂੰ ਪੇਪਰ ਮਿਲ ਜਾ ਰਿਹਾ ਹੈ ਤੁਹਾਨੂੰ ਮਿਲ ਜਾ ਰਿਹਾ ਪੰਜਾਬੀ ਮੀਡੀਅਮ ਦੇ ਵਿੱਚ ਇੰਗਲਿਸ਼ ਮੀਡੀਅਮ ਨਾਲ ਵੀ ਅਸੀਂ ਜਲਦੀ ਸ਼ੇਅਰ ਕਰਾਂਗੇ ਪੇਪਰ ਤਾਂ ਉਸ ਦੇ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ 80 ਨੰਬਰ ਤੁਹਾਡਾ ਪੇਪਰ ਆ ਸਭ ਤੋਂ ਪਹਿਲਾਂ ਜਿਵੇਂ ਕਿ 3 ਘੰਟੇ ਸਮਾਂ ਦਿੱਤਾ ਜਾਊਗਾ ਪ੍ਰਸ਼ਨ ਨੰਬਰ ਪੱਤਰ 6 ਭਾਗਾਂ ਵਿੱਚ ਵੰਡਿਆ ਹੋਇਆਗਾ ਜਾਨੀ ਕਿ 6 ਭਾਗਾਂ ਵਿੱਚ ਵੰਡਿਆ ਹੋਇਆ ਠੀਕ ਹੈ ਜੀ ਇਸ ਤੋਂ ਪਹਿਲਾਂ ਆ ਰਿਹਾ ਸਭ ਤੋਂ ਪਹਿਲਾਂ ਭਾਗ ਊੜਾ ਆ ਗਿਆ ਆਪਣੇ ਕੋਲੇ ਭਾਗ ਊੜਾ ਹੇਠ ਲਿਖਿਆਂ ਦੇ ਸਹੀ ਵਿਕਲਪ ਦੀ ਚੋਣ ਕਰੋ ਸਾਰੇ ਪ੍ਰਸ਼ਨ ਜ਼ਰੂਰੀ ਹਨ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗੇ ਨੇਗੇ 12 ਕੁਐਸਚਨ ਨੇਗੇ ਠੀਕ ਹੈ ਜੀ ਜਿਹੜੀ ਕਿ ਹੈਗੇ ਨੇਗੇ ਇੱਕ ਇੱਕ ਨੰਬਰਾਂ ਵਾਲੇ ਠੀਕ ਹੈ ਜੀ ਅਤੇ ਕਈ ਵਿਦਿਆਰਥੀ ਕਹ ਰਹੇ ਹੁੰਦੇ ਨੇ ਕਿ ਐਸਐਸਟੀ ਬੀਸਾ ਜਿਹੜਾ ਉਹ ਬਹੁਤ ਸੌਖਾ ਪਰ ਅਸੀਂ ਜਿਹੜਾ ਹੈਗਾ ਬਹੁਤ ਹੀ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਪੇਪਰ ਸਮਝਾਵਾਂਗੇ ਤਾਂ ਤੁਹਾਡੇ ਜਿਹੜੇ ਹੈਗੇ ਨੇ ਉਹ 80/80 ਨੰਬਰ ਆ ਸਕਣ ਤਾਂ ਇਹ 20-30 ਮਿੰਟ ਦੀ ਵੀਡੀਓ ਹੈਗੀ 20-30 ਮਿੰਟ ਦੀ ਵੀਡੀਓ ਤੁਹਾਨੂੰ ਫੁੱਲ ਚੋ ਫੁੱਲ ਨੰਬਰ ਦਿਵਾ ਸਕਦੀ ਹੈਗੀ ਤਾਂ ਸ਼ੁਰੂ ਤੋਂ ਲੈ ਕੇ ਦਿਖਾਉਣਾ ਤੁਹਾਨੂੰ ਜਿਵੇਂ ਕਿ ਪਹਿਲਾ ਕੁਸ਼ਚਨ ਹੈਗਾ 2011 ਦੀ ਜਨਗਨਨਾ ਅਨੁਸਾਰ ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਸੀ ਕਿ ਇਹ 2011 ਦੇ ਵਿੱਚ ਕਿੰਨੀ ਜਿਹੜੀ ਪਰਸੈਂਟ ਜਨਸੰਖਿਆ ਸੀ ਉਹ ਗਰੀਬੀ ਰੇਖਾ ਤੋਂ ਹੇਠੇ ਸੀਗੀ ਉਹ ਹੈਗੀ ਸੀਗੀ ਇਹਨਾਂ ਦੇ ਵਿੱਚੋਂ 21.9% ਠੀਕ ਹੈ ਜੀ ਆਹ ਆਪਸ਼ਨ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ ਕਿਹੜਾ ਦੇਸ਼ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਨਹੀਂ ਹੈ ਕਿਹੜਾ ਇਹਨਾਂ ਦੇ ਵਿੱਚੋਂ ਸਥਾਈ ਮੈਂਬਰ ਨਹੀਂ ਹੈ ਸੰਯੁਕਤ ਰਾਸ਼ਟਰ ਦਾ ਉਹ ਹੈਗਾ ਆਪਣੇ ਕੋਲ ਚੀਨ ਠੀਕ ਹੈ ਜੀ ਆਹ ਹੈਗੇ ਨੇ ਸਾਰੇ ਭਾਰਤ ਰੂਸ ਸੰਯੁਕਤ ਰਾਸ਼ਟਰ ਅਮਰੀਕਾ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਤੀਜਾ ਸਾਲ 2018-19 ਵਿੱਚ ਸੇਵਾ ਖੇਤਰ ਦੀ ਵਿਕਾਸ ਦਰ ਕਿੰਨੀ ਪ੍ਰਤੀਤ ਸੀ ਉਹ ਹੈਗੀ ਸੀਗੀ ਸਸਾ ਆਪਸ਼ਨ ਯਾਨੀ ਕਿ 6.5% ਸੀਗੀ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਸਰਵਜਨ ਕਰਜ਼ ਦੇ ਮੁੱਖ ਸਾਧਨ ਕਿਹੜੇ ਹਨ ਮੁੱਖ ਸਾਧਨ ਦੱਸਣੇ ਆਪਣੇ ਕਿਹੜੇ ਨੇਗੇ ਤਾਂ ਜਿਹੜਾ ਇਸ ਦਾ ਆਪਸ਼ਨ ਹੈਗਾ ਉਹ ਹੈਗਾ ਆਪਣੇ ਕੋਲ ਊੜਾ ਤੇ ਆੜਾ ਮਤਲਬ ਅੰਦਰੰਨੀ ਸਾਧਨ ਅਤੇ ਬਾਹਰੀ ਸਾਧਨ ਠੀਕ ਹੈ ਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਪੰਜਵਾਂ ਲੋਧੀ ਵੰਸ਼ ਦੀ ਨੀ ਕਿਸ ਨੇ ਰੱਖੀ ਲੋਦੀ ਵੰਸ਼ ਦੀ ਨਹੀਂ ਸੀ ਜਿਹੜੀ ਉਹ ਰੱਖੀ ਸੀ ਇਬਰਾਹਿਮ ਸੋਰੀ ਬਹਿਲਾਲ ਖਾਨ ਲੋਦੀ ਨੇ ਆਪਸ਼ਨਾਂ ਜਿਹੜੇ ਨੰਬਰ ਨੇ ਜਿਹੜੇ ਉਹ ਉਲਟ ਉਲਟ ਨੇ ਇਸ ਦੀ ਜਿਹੜੀ ਆਪਸ਼ਨ ਹੈਗੀ ਊੜਾ ਬਹਿਲੋਲ ਖਾਨ ਲੋਦੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆਏਗਾ ਆਪਣੇ ਕੋਲੇ ਸੀਮਾ ਸਮਾਜਵਾਦੀ ਧਰਮ ਨਿਰਪੱਖਤਾ ਤੇ ਰਾਸ਼ਟਰ ਦੀ ਅਖੰਡਤਾ ਦੇ ਸ਼ਬਦ ਵਿੱਚ ਵਿੱਚ ਕਿਸ ਸੋਧ ਦੁਆਰਾ ਪ੍ਰਸਤਾਵਨਾ ਵਿੱਚ ਜੋੜੇ ਹਨ ਠੀਕ ਹੈ ਜੀ ਕਿਸ ਦੇ ਵਿੱਚ ਜੋੜੀ ਨਹੀਂਗੇ ਪ੍ਰਸਤਾਵਨਾ ਦੱਸਣਾ ਆਪਾਂ ਨੇ 40 42 45 45 ਤਾਂ ਇਸ ਦਾ ਜਿਹੜਾ ਹੈਗਾ ਸਹੀ ਦਾ ਆਨਸਰ ਉਹ ਹੈਗਾ ਆਪਣੇ ਕੋਲੇ ਐੜਾ ਯਾਨੀ ਕਿ 42ਵੀਂ ਠੀਕ ਹੈ ਜੀ 42ਵੀਂ ਇਹ ਤੁਹਾਡਾ ਆਨਸਰ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ ਆਪਣੀ ਕੋਲੇ 7ਮਾ ਸਰਕਾਰ ਦੀ ਮੋਦਰਿਕ ਨੀਤੀ ਦਾ ਸਬੰਧ ਕਿਸ ਨਾਲ ਹੈ ਜਿਹੜਾ ਸਰਕਾਰ ਦੀ ਮੋਦਰਿਕ ਨੀਤੀ ਹੈਗੀ ਉਸ ਦਾ ਜਿਹੜਾ ਸਬੰਧ ਹੈਗਾ ਉਹ ਹੈਗਾ ਮੁਦਰਾ ਦੀ ਮੰਗ ਅਤੇ ਪੂਰਤੀ ਦੇ ਨਾਲ ਠੀਕ ਹੈ ਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ 8ਮਾ ਭਾਰਤ ਦੇ ਆਧਾਰ ਤੇ ਪੰਜਾਬ ਦਾ ਪੂਰਨ ਗਠਨ ਕਦੋਂ ਕੀਤਾ ਗਿਆ ਪੰਜਾਬ ਦਾ ਜਿਹੜਾ ਪੂਰਨ ਗਠਨ ਸੀਗਾ ਉਹ ਕੀਤਾ ਗਿਆ ਸੀਗਾ हां जी ਜਿਹੜਾ ਇਸ ਦਾ ਆਪਾਂ ਆਨਸਰ ਤੁਹਾਨੂੰ ਦੱਸ ਦਿਆਂ ਉਹ ਪੂਰਨ ਗਠਨ ਕੀਤਾ ਗਿਆ ਸੀਗਾ 1 ਸਤੰਬਰ 1968 ਨੂੰ ਠੀਕ ਹੈ 1 ਸਤੰਬਰ 1968 ਨੂੰ ਕੀਤਾ ਗਿਆ ਸੀਗਾ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਕਿਸ ਕਿਸਮ ਦੀ ਆਫਤ ਆਉਂਦੀ ਹੈ ਹੁਣੀ ਅੱਗੇ ਹਟੀ ਹੈਗੀ ਉਹ ਹੈਗੀ ਆਪਣੇ ਕੋਲ ਇਸ ਦਾ ਆਨਸਰ ਹੈਗਾ ਹੜ੍ਹ ਹੜ੍ਹ ਬਹੁਤ ਜ਼ਿਆਦਾ ਆਉਂਦੇ ਨੇ ਪਚਾਲਤਾ ਆਉਂਦੀ ਨਹੀਂ ਠੀਕ ਜੀ ਇਹ ਸੁਨਾ ਸੋਕਾ ਪੈਂਦਾ ਨਾ ਚੱਕਰਵਾਰ ਹੁੰਦਾ ਹੜ੍ਹ ਆਉਂਦੇ ਨੇ ਕਿ ਜ਼ਿਆਦਾਤਰ ਠੀਕ ਹੈ ਜੀ ਇਸ ਤੋਂ ਬਾਅਦ ਨੈਕਸਟ ਪ੍ਰਸ਼ਨ ਹੈਗਾ ਆਪਣੇ ਕੋਲ 10ਵਾਂ ਪਹਿਲੇ ਐਂਗਲੋ-ਜੋ ਸਿੱਖ ਜੁੱਧ ਕਦੋਂ ਹੋਇਆ ਪਹਿਲਾ ਸਿੱਖ ਐਂਗਲੋ ਜੁੱਧ ਹੋਇਆ ਸੀਗਾ 1845 ਦੇ 46 ਚ ਹੋਇਆ ਸੀਗਾ ਠੀਕ ਹੈ ਜੀ ਇਹ ਤੁਹਾਡਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿੱਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਭੇਜਿਆ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਸੀਗਾ ਹਾਂਜੀ ਉਹ ਭੇਜਿਆ ਸੀਗਾ ਪਾਪਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀਗਾ ਤਾਂ ਇਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਚੁਨਾਰ ਝੀਲ ਕਿਹੜੇ ਰਾਜ ਵਿੱਚ ਸਥਿਤ ਹੈ ਚੁਨਾਰ ਝੀਲ ਆ ਜਿਹੜੀ ਉਹ ਹੈ ਹਾਂਜੀ ਮਹਾਰਾਸ਼ਟਰਾਂ ਦੇ ਵਿੱਚ ਸਥਿਤ ਹੈਗੀ ਤਾਂ ਇਹ ਸੀ ਤੁਹਾਡੇ 12 ਨੰਬਰ ਦੇ ਠੀਕ ਹੈ ਜੀ ਕੁਐਸਚਨ 1 ਇੱਕ ਨੰਬਰ ਦਾ ਇੱਕ ਤਾਂ ਇਹ 12 ਨੰਬਰ ਦਾ ਆਪਣੇ ਕਰਵਾ ਦਿੱਤਾ ਇਸ ਤੋਂ ਬਾਅਦ ਆਪਣੇ ਕੋਲ ਭਾਗ ਐਡ ਦੇ ਵਿੱਚ ਆਪਾਂ ਨੂੰ ਆਉਣਗੇ 12 ਕੁਐਸਚਨ ਫੇਰ ਆਉਣਗੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਆ ਰਹੀਆਂ ਨੇ ਖਾਲੀ ਥਾਵਾਂ ਪਹਿਲੀ ਖਾਲੀ ਥਾਂ ਹੈਗੀ ਆ ਡੈਸ਼ ਅਤੇ ਤਾਪਮਾਨ ਵਧਣ ਨਾਲ ਰੇਗਿਸਤਾਨ ਵਰਗੇ ਹਾਲਾਤ ਬਣ ਜਾਂਦੇ ਨੇ ਠੀਕ ਹੈ ਜੀ ਤਾਪਮਾਨ ਵੱਧਦਾ ਅਤੇ ਉਸ ਦੇ ਨਾਲ ਨਾਲ ਜਿਹੜਾ ਹੁੰਦੀ ਹੈ ਘੱਟ ਵਰਖਾ ਆਉਂਦੀ ਹੈ ਜਦੋਂ ਘੱਟ ਵਰਖਾ ਹੁੰਦੀ ਹੈ ਅਤੇ ਤਾਪਮਾਨ ਵੱਧਦਾਗਾ ਤਾਂ ਕਰਕੇ ਜਿਹੜੀ ਹੈਗੀ ਉਹ ਰਗੀਸਤਾਨ ਵਰਗੇ ਹਾਲਾਤ ਬਣ ਜਾਂਦੇ ਨੇ ਮਤਲਬ ਪੂਰੀ ਗਰਮੀ ਪੈਣ ਲੱਗ ਜਾਂਦੀ ਹੈ ਤਾਂ ਕਰਕੇ ਲੋਕ ਨੇ ਜਿਹੜੇ ਉਹ ਮੀਂਹ ਦੀ ਮੰਗ ਕਰਦੇ ਨੇ ਇਸ ਤੋਂ ਦੂਜਾ ਹੈਗਾ ਸ਼ਬਦ ਅਰਥ ਸ਼ਾਸਤਰ ਡੈਸ਼ ਭਾਸ਼ਾ ਤੋਂ ਲਿਆ ਗਿਆ ਹੈ ਜਿਹੜਾ ਅਰਥ ਸ਼ਾਸਤਰ ਸ਼ਬਦ ਹੈਗਾ ਇਹ ਇਹ ਲਿਆ ਗਿਆ ਹੈਗਾ ਗ੍ਰੀਕ ਤੋਂ ਠੀਕ ਹੈ ਜੀ ਗ੍ਰੀਕ ਭਾਸ਼ਾ ਜਿਹੜੀ ਇਸ ਤੋਂ ਲਿਆ ਗਿਆ ਹੈਗਾ ਇਸ ਤੋਂ ਬਾਅਦ ਤੀਜਾ ਹੈਗਾ ਦੋ ਦਰਿਆਵਾਂ ਦੇ ਵਿਚਕਾਰਲੇ ਹਿੱਸੇ ਨੂੰ ਕੀ ਕਹਿੰਦੇ ਨੇ ਕਾਫੀ ਜਿਹਦਾ ਇੰਪੋਰਟੈਂਟ ਕੁਸ਼ਨ ਹੈ ਦੋ ਦਰਿਆਵਾਂ ਦੇ ਵਿਚਕਾਰਲੇ ਹਿੱਸੇ ਨੂੰ ਕਹਿੰਦੇ ਆ ਦੁਆਬਾ ਠੀਕ ਹੈ ਦੁਆਬਾ ਇਸ ਦਾ ਜਿਹੜਾ ਆਨਸਰ ਹੈਗਾ ਉਹ ਆਨਸਰ ਨੋਟ ਕਰ ਲਓ ਇੱਕ ਵਾਰੀ نیچے ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਤੁਸੀਂ ਕਿੱਥੋਂ ਆਉਂਗੇ ਠੀਕ ਹੈ ਜੀ ਦੁਆਬੇ ਤੋਂ ਮਾਝੇ ਤੋਂ ਜਾਂ ਮਾਲਵੇ ਤੋਂ ਤਾਂ ਜਲਦੀ ਦੱਸੋ نیچے ਕਮੈਂਟ ਬਾਕਸ ਵਿੱਚ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਆਪਣਾ ਚੌਥਾ ਭਾਰਤੀ ਸੰਵਿਧਾਨ ਵਿੱਚ ਡੈਸ਼ ਅਨੁਸੂਚੀਆਂ ਹਨ ਕਿੰਨੀਆਂ ਅਨੁਸੂਚੀਆਂ ਨੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਉਹ ਹੈਗੀਆਂ ਨੇ 12 ਅਨੁਸੂਚੀਆਂ ਨੇ ਨੋਟ ਕਰ ਲਿਓ ਇਸ ਦਾ ਆਨਸਰ ਇਸ ਤੋਂ ਬਾਅਦ ਆਪਣੇ ਕੋਲੇ ਆ ਗਏ ਨੇ ਸਹੀ ਜਾਂ ਗਲਤ ਵਾਲੇ ਠੀਕ ਹੈ ਸਹੀ ਗਲਤ ਦਵੋਗੇ ਤੁਸੀਂ ਦੇਖ ਸਕਦੇ ਹੋ ਪੰਜਵਾਂ 1980 ਇਸਵੀ ਤੋਂ ਬਾਅਦ ਹੋਂ ਤੱਕ ਦੇ ਸਮੇਂ ਨੂੰ ਹਾਂਜੀ ਸਿਲੀਕੋਨ ਯੁੱਗ ਕਹਿੰਦੇ ਹਨ ਸਿਲੀਕੋਨ ਯੁੱਗ ਕਹਿੰਦੇ ਨੇ ਇਹ ਬਿਲਕੁਲ ਸਹੀ ਹੈ ਸਿਲੀਕੋਨ ਯੁੱਗ ਕਹਿੰਦੇ ਨੇ ਸਹੀ ਮਾ ਹੈਗਾ ਕੁੱਲ ਘਰੇਲੂ ਉਤਪਾਦਨ ਆਰਥਿਕ ਵਿਕਾਸ ਦਾ ਇੱਕ ਚੰਗਾ ਮਾਧਿਅਮ ਹੈ ਹਾਂਜੀ ਮਾਪਕ ਚੰਗਾ ਮਾਪਕ ਆਏਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਪਾਣੀਪਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਨੂੰ ਹੋਈ ਹਾਂਜੀ ਬਿਲਕੁਲ ਸਹੀ ਹੈ ਇਹ ਕਾਫੀ ਜਸ ਇੰਪੋਰਟੈਂਟ ਕੁਐਸਚਨ ਹੈ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਸਹੀ ਜਾਂ ਗਲਤ ਵਾਲਾ 8ਵਾਂ ਭਾਰਤੀ ਸੰਵਿਧਾਨ ਵਿੱਚ ਪੰਜ ਤਰ੍ਹਾਂ ਦੇ ਮੌਲਿਕ ਅਧਿਕਾਰ ਹਨ ਪੰਜ ਤਰ੍ਹਾਂ ਦੇ ਮੌਲਿਕ ਅਧਿਕਾਰ ਨੇਗੇ ਇਹ ਮੈਂ ਤੁਹਾਨੂੰ ਪਹਿਲਾਂ ਕਰਵਾਇਆਗਾ ਠੀਕ ਹੈ ਜੀ ਕਵਿਸ਼ਨ ਤਾਂ ਇਹ ਜਿਹੜਾ ਹੈਗਾ ਇਹ ਗਲਤ ਆ ਪੰਜ ਨਹੀਂ ਹੈਗੇ ਹਜੇ ਇੱਕ ਪ੍ਰਸ਼ਨ ਦਾ ਉੱਤਰ ਇੱਕ ਜਾਂ ਇੱਕ ਵਾਕ ਵਿੱਚ ਦਿਓ ਠੀਕ ਹੈ ਜੀ ਆਪਣੇ ਕੋਲੇ ਆ ਆ ਗਏ ਨੇ ਇਹ ਵੀ ਸ਼ੋਟ ਹੀ ਨਹੀਂ ਇੱਕ ਇੱਕ ਨੰਬਰਾਂ ਵਾਲੇ ਨੇ ਇਹ ਹਾਂਜੀ ਜਿਵੇਂ ਕਿ ਪਹਿਲਾ ਹੈਗਾ ਹਾਂਜੀ ਨੋਮਾ ਇਸ ਨੂੰ ਕਹਾਂਗੇ ਆਪਾਂ P Q L I ਦਾ ਪੂਰਾ ਨਾਮ ਲਿਖੋ P Q L I ਦਾ ਪੂਰਾ ਨਾਮ ਲਿਖੋ ਠੀਕ ਹੈ ਮੈਂ ਬੋਲਦਾ ਤੁਸੀਂ ਲਿਖਣਾਗੇ ਫਿਜ਼ੀਕਲ ਪੀ ਤੇ ਫਿਜ਼ੀਕਲ ਆ ਜਾਊਗਾ ਠੀਕ ਹੈ ਜੀ ਪੀ ਐਚ ਵਾਈ ਐਸ ਆਈ ਸੀ ਏ ਐਲ ਫਿਜ਼ੀਕਲ ਤੇ ਕਿਉ ਤੇ ਆਊਗਾ ਤੁਹਾਡਾ ਕੁਆਲਿਟੀ ਠੀਕ ਹੈ ਜੀ ਕੁਆਲਿਟੀ ਆਊਗਾ ਇਸ ਤੋਂ ਬਾਅਦ ਅੱਗੇ ਹੈਗਾ ਆਪਣਾ ਐਲ ਤੇ ਆਊਗਾ ਲਾਈਫ ਕੁਆਲਿਟੀ ਆਫ ਲਾਈਫ ਤੇ ਇਸ ਤੋਂ ਬਾਅਦ ਆਪਣੇ ਕੋਲੇ ਐਂਡ ਤੇ ਹੈਗਾ ਆਈ ਆਈ ਤੇ ਆਊਗਾ ਆਪਣਾ ਇੰਡੈਕਸ ਜਾਨੀ ਕਿ ਟੋਟਲ ਬਣ ਗਿਆ ਪੂਰਾ ਫਿਜ਼ੀਕਲ ਕੁਆਲਿਟੀ ਆਫ ਲਾਈਫ ਇੰਡੈਕਸ ਤਾਂ ਇਸ ਦਾ ਆਨਸਰ ਆ ਜਿਹੜਾ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਸੱਤਵਾਂ ਸਭ ਤੋਂ ਪਹਿਲਾਂ ਭਾਰਤ ਮਿਸ਼ਨ ਨਗਰਾਂ ਵਿੱਚ ਕਦੋਂ ਆਰੰਭ ਹੋਇਆ ਜਿਹੜਾ ਹੈ ਭਾਰਤ ਮਿਸ਼ਨ ਜਿਹੜਾ ਹੈਗਾ ਸੀ ਸਵੱਛ ਭਾਰਤ ਮਿਸ਼ਨ ਇਹ ਜਿਹੜਾ ਹੋਇਆ ਸੀਗਾ ਇਹ ਹੋਇਆ ਸੀ ਮਿਸ਼ਨ ਕਦੋਂ ਆਰੰਭ ਹੋਇਆ 2014 ਇਹ ਹੋਇਆ ਸੀਗਾ ਆਈ ਥਿੰਕ 2014 ਦੇ ਵਿੱਚ ਹੋਇਆ ਸੀ ਹਾਂਜੀ 2014 ਦੇ ਵਿੱਚ ਇਹ ਤਰੀਕ ਹੈਗੀ ਸੀ 20 ਅਕਤੂਬਰ ਠੀਕ ਹੈ ਜੀ 20 ਅਕਤੂਬਰ 2014 ਦੇ ਵਿੱਚ ਇਹ ਹੋਇਆ ਸੀ ਆਰੰਭ ਤਾਂ ਇਸ ਦਾ ਆਨਸਰ ਨੋਟ ਕਰ ਲਿਓ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ 11ਵਾਂ ਮਹਾਰਾਜਾ ਅਨੰਦ ਸਿੰਘ ਤੋਂ ਬਾਅਦ ਉਸ ਦਾ ਉੱਤਰ ਅਧਿਕਾਰੀ ਕੌਣ ਬਣਿਆ ਮਹਾਰਾਜਾ ਜੀਤ ਸਿੰਘ ਤੋਂ ਬਾਅਦ ਉਸ ਦਾ ਜਿਹੜਾ ਉੱਤਰ ਅਧਿਕਾਰੀ ਸੀਗਾ ਉਹ ਕੌਣ ਬਣਿਆ ਸੀ ਉਹ ਬਣਿਆ ਸੀਗਾ ਖੜਕ ਸਿੰਘ ਠੀਕ ਹੈ ਜੀ ਖੜਕ ਸਿੰਘ ਇਸ ਦਾ ਜਿਹੜਾ ਆਨਸਰ ਹੈਗਾ ਉਹ ਨੋਟ ਕੀਤਾ ਜਾਵੇ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਨੈਕਸਟ ਹੈਗਾ 12ਵਾਂ ਪੰਜ ਸੀਲ ਤੋਂ ਤੁਹਾਡਾ ਕੀ ਭਾਵ ਹੈ ਪੰਜ ਸੀਲ ਦੀ ਆਪਣੇ ਡੈਫੀਨੇਸ਼ਨ ਦੇਣੀ ਹੈ ਚਲੋ ਮੈਂ ਇਸ ਦਾ ਆਨਸਰ ਦਿਖਾਉਣਾਗਾ ਹਾਂਜੀ ਜਿਵੇਂ ਕਿ ਤੁਸੀਂ ਇੱਕ ਮਿੰਟ ਹਾਂਜੀ ਇਹੀ ਹੈ ਪੰਜ ਸੀਲ ਦਾ ਭਾਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ ਏ ਲਾਈ ਨੇ ਤਿੱਬਤ ਦੇ ਖੇਤਰ ਸੰਬੰਧੀ ਸਮਝੋਤੇ ਦੇ ਆਧਾਰ ਤੇ 23 ਅਪ੍ਰੈਲ 1954 ਨੂੰ ਪੰਜ ਸਿਧਾਂਤਾਂ ਨੂੰ ਅਪਣਾਇਆ ਇਨ੍ਹਾਂ ਸਿਧਾਂਤਾਂ ਨੂੰ ਪੰਜ ਸੀਲ ਕਿਹਾ ਜਾਂਦਾ ਹੈ ਠੀਕ ਹੈ ਜੀ ਚੀਨ ਦਾ ਇੱਕ ਮੁੱਖ ਮੰਤਰੀ ਸੀਗਾ ਪ੍ਰਧਾਨ ਮੰਤਰੀ ਸੀ ਅਤੇ ਭਾਰਤ ਦਾ ਪ੍ਰਧਾਨ ਮੰਤਰੀ ਨੇ ਇਹ ਬਣਾਇਆ ਸੀਗਾ ਤਾਂ ਕਰਕੇ ਇਸ ਨੂੰ ਜਿਹੜਾ ਹੈਗਾ ਸੀ ਪੰਜ ਸੀਲ ਦਾ ਨਾਮ ਦਿੱਤਾ ਗਿਆ ਸੀ ਇਹ ਤੁਹਾਡਾ ਆਨਸਰ ਹੈਗਾ ਨੋਟ ਕਰ ਲਓ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਕੰਪੋਨੈਂਟ ਆ ਗਏ ਨੇ ਕਿ ਠੀਕ ਹੈ ਜੀ ਭਾਗ ਈਡੀ ਆ ਕੀ ਭਾਗ ਈਡੀ ਦੇ ਵਿੱਚ ਆਪਣੇ ਕੋਲ ਹੈਗੇ ਨੇ 8 ਪ੍ਰਸ਼ਨ ਨੇਗੇ ਅੱਠਾਂ ਦੇ ਜਿਹੜੇ ਹੈਗੇ ਨੇ ਉਹ 3-3 ਨੰਬਰ ਦਾ 1 ਹੈ ਤਾਂ ਕਰਕੇ ਜਿਹੜੇ 24 ਨੰਬਰ ਟੋਟਲ ਹੋਗੇ ਚਲੋ ਆਪਾਂ ਦੇਖਦੇ ਹਾਂ 30 ਤੋਂ ਲੈ ਕੇ 50 ਸ਼ਬਦਾਂ ਦੇ ਵਿੱਚ ਇਹਨਾਂ ਦਾ ਉੱਤਰ ਦੇਣਾ ਪਹਿਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਪਾਣੀ ਧਰਤੀ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਕਿਵੇਂ ਇਹ ਪਾਣੀ ਜਿਹੜਾ ਹੈਗਾ ਧਰਤੀ ਤੇ ਮਹੱਤਵਪੂਰਨ ਤੱਤ ਕਿਵੇਂ ਆਏਗਾ ਉਸ ਦੇ ਬਾਰੇ ਆਪਾਂ ਅਨਸਰ ਦੱਸਣਾ ਇੱਕ ਵਾਰੀ ਆਪਾਂ ਕੱਲੇ ਪਹਿਲਾਂ ਅਪਰੇਸ਼ਨ ਦੇਖ ਲੈਣ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਿਆਂ ਦੇ ਅਨਸਰ ਦਿਖਾ ਦੂੰਗਾ ਦੂਜਾ ਹੈਗਾ 30 ਸੜਕਾਂ ਦਾ ਕੀ ਮਹੱਤਵ ਹੈ ਤੀਜਾ ਹੈਗਾ ਈ ਬੈਂਕਿੰਗ ਕੀ ਹੈ ਚੌਥਾ ਹੈਗਾ ਆਰਥਿਕ ਵਿਕਾਸ ਤੋਂ ਕੀ ਭਾਵ ਹੈ ਅਗਲਾ ਹੈਗਾ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿੱਚ ਕੀ ਕੀ ਸੁਧਾਰ ਕੀਤਾ ਠੀਕ ਹੈ ਜੀ ਇਸ ਤੋਂ ਬਾਅਦ ਨੈਕਸਟ ਹੈਗਾ ਆਪਣੀ ਕੋਲੇ ਸਤਮਾ ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰੀ ਗਨਰਾਜ ਹੈ ਵਿਆਖਿਆ ਕਰੋ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ਇਸ ਦਾ ਵਰਨਨ ਕਰਨਾ ਚਲੋ ਆਪਾਂ ਪਹਿਲਾਂ ਦੇਖ ਦਿਆਂਗੇ ਪਾਣੀ ਧਰਤੀ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਵੇਂ ਆਗਾ ਹਾਂਜੀ ਇਸ ਦਾ ਆਨਸਰ ਦਿਖਾਉਣਾ ਇੱਕ ਗੱਲ ਹੋਰ ਹੈ ਜੇ ਕੋ ਚੈਨਲ ਤੇ ਪਹਿਲੀ ਵਾਰ ਆਇਓਗੇ ਚੈਨਲ ਨੂੰ ਹੁਣੀ ਤੋਂ ਹੁਣੀ ਸਬਸਕ੍ਰਾਈਬ ਕਰ ਲਓ ਤੁਹਾਡੇ ਹੀ ਫਾਇਦਾ ਸਬਸਕ੍ਰਾਈਬ ਕਰਨ ਦੇ ਵਿੱਚ ਹਾਂਜੀ ਪਾਣੀ ਕਿਵੇਂ ਮਹੱਤਵਪੂਰਨ ਹੈਗਾ ਪਾਣੀ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਸਾਧਨ ਹੈ ਕਿਉਂਕਿ ਇਸ ਤੋਂ ਬਿਨਾ ਜੀ ਪਾਣੀ ਜਿਹੜਾ ਹੈਗਾ ਬਹੁਤ ਹੀ ਜ਼ਰੂਰੀ ਆ ਪਾਣੀ ਦੇ ਬਿਨਾ ਠੀਕ ਹੈ ਜੀ ਜਿਹੜਾ ਆਪਣਾ ਜੀਵਨਾ ਉਹ ਨਾ ਮਮਕਿਨਾ ਯਾਨੀ ਕਿ ਮਮਕਿਨ ਨਹੀਂ ਹੈਗਾ ਇਸ ਦੇ ਬਿਨਾ ਨਾ ਤਾਂ ਪ੍ਰਾਣੀ ਜਿਉਂਦੇ ਰਹਿ ਸਕਦੇ ਨੇ ਅਤੇ ਨਾ ਹੀ ਪੇੜ-ਪੌਦੇ ਜਿਉਂਦੇ ਰਹਿ ਸਕਦੇ ਨੇ ਹਾਂਜੀ ਨਾ ਹੀ ਇਸ ਦੇ ਨਾਲ ਜਿਹੜਾ ਹੈਗਾ ਆਪਾਂ ਜੀਵ ਉਹ ਜਿਉਂਦਾ ਰਹਿ ਸਕਦਾ ਪਾਣੀ ਤੋਂ ਬਿਨਾ ਨਾ ਹੀ ਪੇੜ-ਪੌਦੇ ਰਹਿ ਸਕਦੇ ਨੇ ਪਾਣੀ ਤੋਂ ਬਿਨਾ ਤਾਂ ਕਰਕੇ ਜਿਹੜਾ ਪੌੜ ਪੇੜ-ਪੌਦਿਆਂ ਨੂੰ ਆਪਾਂ ਨੂੰ ਵੱਧ ਤੋਂ ਵੱਧ ਪਾਣੀ ਦੇਣਾ ਚਾਹੀਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਸਰਹੱਦੀ ਸੜਕਾਂ ਦੀ ਕੀ ਮਹੱਤਤਾ ਹੈ ਸਰਦੀ ਸੜਕਾਂ ਦੀ ਬਾਰਡਰ ਏਰੀਆ ਵਿੱਚ ਇੱਕ ਰਣਨੀਤੀ ਮਹੱਤਤਾ ਹੈ ਇਸ ਇਨ੍ਹਾਂ ਖੇਤਰਾਂ ਵਿੱਚ ਇਨ੍ਹਾਂ ਦੁਆਰਾ ਸੋਖਾ ਅਤੇ ਪਹੁੰਚਯੋਗ ਹੁੰਦਾ ਹੈ ਇਹ ਸਾਡੀ ਰੱਖਿਆ ਤਿਆਰ ਤਿਆਰੀਆਂ ਨੂੰ ਮਜ਼ਬੂਤ ਕਰਦਾ ਹੈ ਠੀਕ ਹੈ ਜੇ ਰੱਖਿਆ ਤਾਂ ਤਿਆਰੀਆਂ ਨੂੰ ਮਜ਼ਬੂਤ ਕਰਦਾ ਹੈਗਾ ਇੱਕ ਗੱਲ ਹੋਰ ਹੈ ਕਿ ਵਿਦਿਆਰਥੀ ਹੁੰਦੇ ਨੇ ਕਿ ਕੋਲ ਹੋ ਕੱਲੇ ਨਾ ਕੌਨਸ਼ਨ ਦੇਖ ਲੈਂਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਆਨਸਰ ਨੇ ਉਹ ਆਪਣੇ ਆਪ ਕਰ ਲੈਂਦੇ ਨੇ ਤਾਂ ਜਿਹੜੇ ਮੈਂ ਇਹ ਆਨਸਰ ਦਿਖਾ ਰਿਹਾ ਤੁਹਾਨੂੰ ਇਹ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਸਿੰਪਲ ਬੇ ਦੇ ਵਿੱਚ ਨੇ ਅਤੇ ਤਾਂ ਕਰਕੇ ਜਦੋਂ ਤੁਸੀਂ ਆਪਣੀ ਬੁੱਕ ਜਾਂ ਕਾਪੀ ਦੇ ਵਿੱਚੋਂ ਦੇਖਦੇ ਹੋਗੇ ਕੌਨਸ਼ਨ ਦੇ ਆਨਸਰ ਤਾਂ ਉਹ ਜਿਹੜੇ ਹੁੰਦੇ ਨੇ ਕਾਫੀ ਜ਼ਿਆਦਾ ਔਖੀ ਵਰਡਿੰਗ ਦੇ ਵਿੱਚ ਹੁੰਦੇ ਨੇ ਕਈ ਵਾਰ ਤਾਂ ਕਰਕੇ ਉਹਨਾਂ ਨੂੰ ਜਿਹੜਾ ਔਖਾ ਲੱਗਦਾ ਸਬਜੈਕਟ ਬਟ ਜਿਹੜਾ ਮੈਂ ਤੁਹਾਨੂੰ ਇਹ ਕਰਵਾ ਰਿਹਾ ਆਨਸਰ ਇਹ ਵੈਰੀ ਵੈਰੀ ਜਦੋਂ ਬੈਂਕ ਕਿਸੇ ਵੀ ਸਮੇਂ ਕਿਸੇ ਦੀ ਵੀ ਥਾਂ ਤੇ ਇਲੈਕਟ੍ਰੋਨਿਕ ਚੈਨਲਾਂ ਰਾਹੀਂ ਆਪਣੇ ਗ੍ਰਾਹਕਾਂ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਦੇ ਹਨ ਇਸ ਨੂੰ ਆਪਾਂ ਈ ਬੈਂਕਿੰਗ ਕਹਿੰਦੇ ਹਾਂ ਮਤਲਬ ਈ ਬੈਂਕਿੰਗ ਮਤਲਬ ਇਲੈਕਟ੍ਰੋਨਿਕ ਬੈਂਕਿੰਗ ਜਿਵੇਂ ਕਿ ਏਟੀਐਮ ਕਾਰਡ ਆ ਏਟੀਐਮ ਦੇ ਵਿੱਚ ਆਪਾਂ ਏਟੀਐਮ ਮਸ਼ੀਨ ਦੇ ਵਿੱਚ ਆਪਾਂ ਏਟੀਐਮ ਕਾਰਡ ਪਾਵਾਂਗੇ ਆਪਾਂ ਪੈਸੇ ਕੱਢ ਲਾਂਗੇ ਜਮਾ ਵੀ ਕਰਵਾ ਸਕਦੇ ਹਾਂ ਵੀ ਆਪਸ਼ਨ ਆ ਗਿਆ ਆਪਣਾ ਕ੍ਰੈਡਿਟਰ ਤੇ ਡੈਬਿਟ ਕਾਰਡ ਉਹੀ ਹੋ ਗਿਆ ਠੀਕ ਹੈ ਨੈੱਟ ਬੈਂਕਿੰਗ ਅਤੇ ਟੈਲੀ ਬੈਂਕਿੰਗ ਨੈੱਟ ਬੈਂਕਿੰਗ ਹੁੰਦੀ ਹੈ ਠੀਕ ਹੈ ਮੋਬਾਈਲ ਬੈਂਕਿੰਗ ਮਤਲਬ Google Pay ਵਗੈਰਾ ਈਮੇਲ ਬੈਂਕਿੰਗ ਸਮਾਰਟ ਅਤੇ ਸੁਪਰ ਸਟਾਰ ਸਮਾਰਟ ਕਾਰਡ ਮਤਲਬ ਚਿਪ ਕਾਰਡ ਆਗੇ ਠੀਕ ਹੈ ਪਰਸਨਲ ਕੰਪਿਊਟਰ ਮਤਲਬ PC ਬੈਂਕਿੰਗ ਹੋਗੀ ਇਸ ਤੋਂ ਬਾਅਦ ਆ ਆਪਣੇ ਕੋਲ ਹੈਗਾ ਇਲੈਕਟ੍ਰੋਨਿਕ ਫੰਡ ਟਰਾਂਸਫਰ ਮਤਲਬ EFTs ਆਦੀ ਆ ਗਈਆਂ ਨੇ ਇਹ ਹੈਗੀਆਂ ਨੇ ਆਪਣੇ ਕੋਲ ਈ ਬੈਂਕਿੰਗ ਦੇ ਵਿੱਚ ਆ ਜਾਂਦੀ ਨੇ ਇਹ ਸੇਵਾਵਾਂ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਆਰਥਿਕ ਵਿਕਾਸ ਤੋਂ ਕੀ ਭਾਵ ਹੈ ਆਰਥਿਕ ਵਿਕਾਸ ਦਾ ਅਰਥ ਹੈ ਇੱਕ ਪ੍ਰਕਿਰਿਆ ਜਿਸ ਵਿੱਚ ਆਰਥਿਕਤਾ ਦੀ ਅਸਲ ਪ੍ਰਤੀ ਵਿਅਕਤੀ ਆਮਦਨ ਲੰਬੇ ਸਮੇਂ ਵਿੱਚ ਆਮਦਨ ਦੀ ਬਰਾਬਰ ਵੰਡ ਦੇ ਨਾਲ ਵਧਦੀ ਹੈ ਇਹ ਠੀਕ ਹੈ ਗੁਨਾਤਮਕ ਅਤੇ ਗੁਨਾਤਮਕ ਦੋਮਾ ਤਰ੍ਹਾਂ ਦਾ ਹੁੰਦਾ ਹੈ ਠੀਕ ਹੈ ਇੱਕ ਤਾਂ ਗਿਆਨਮਾਤਮਕ ਹੁੰਦਾ ਤੇ ਗੁਨਾਮਾਤਮਕ ਹੁੰਦਾ ਇਹ ਤੁਹਾਡਾ ਆਨਸਰ ਹੈਗਾ ਆਰਥਿਕ ਵਿਕਾਸ ਦਾ ਨੋਟ ਕਰ ਲਓ ਅਗਲਾ ਪ੍ਰਸ਼ਨ ਆਪਣੇ ਕੋਲ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਵਿਖੇ ਬਤਾਏ ਜੀਵਨ ਦਾ ਆਪਣਾੇ ਵੇਰਵਾ ਦੇਣਾਗਾ ਕਾਫੀ ਜਦੋਂ ਇੰਪੋਰਟੈਂਟ ਕੁਐਸਚਨ ਹੈ ਹਾਂਜੀ ਉਰੋਂ ਸਟਾਰਟ ਹੋ ਰਿਹਾ 1522 ਈਸਵੀ ਦੇ ਵਿੱਚ ਠੀਕ ਹੈ ਜੀ ਲਗਭਗ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇੱਕ ਨਵਾਂ ਸ਼ਹਿਰ ਬਸਾਇਆ ਇਸ ਸ਼ਹਿਰ ਦਾ ਨਾਂ ਉਹਨਾਂ ਨੇ ਕਰਤਾਰਪੁਰ ਭਾਵ ਪ੍ਰਮਾਤਮਾ ਦਾ ਸ਼ਹਿਰ ਸੀ ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤਾਏ ਬਤੀਤ ਕੀਤੇ ਠੀਕ ਹੈ ਜੀ ਗੁਰੂ ਜਿਹੜੇ ਨਾਨਕ ਦੇਵ ਜੀ ਸੀਗੇ ਉਹ 18 ਸਾਲ ਕਰਤਾਰਪੁਰ ਸਾਹਿਬ ਵਿਖੇ ਰਹੇ ਸੀਗੇ ਠੀਕ ਹੈ ਜੀ ਇਸ ਤੋਂ ਬਾਅਦ ਨੀਚੇ ਆ ਗਏ ਨੇ ਆਪਣੇ ਕੋਲੇ ਕੰਮ ਠੀਕ ਹੈ ਜੀ ਇਸ ਸਮੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ਵਾਰ ਮਲਾਰ ਵਾਰ ਮਾਝ ਵਾਰ ਆਸਾ ਜਪਜੀ ਪੱਤੀ ਦਖਣੀ ਓਕਾਰ ਠੀਕ ਹੈ ਜੀ ਬਾਰ ਮਾਹਾ ਆਦੀ ਬਾਣੀਆਂ ਦੀ ਰਚਨਾ ਕੀਤੀ ਕਰਤਾਰਪੁਰ ਵਿੱਚ ਉਹਨਾਂ ਨੇ ਸੰਗਤ ਅਤੇ ਪੰਗਤ ਦੀ ਸੰਸਥਾ ਦਾ ਵਿਕਾਸ ਕੀਤਾ ਤੀਜਾ ਪੁਆਇੰਟ ਹੈਗਾ ਕੁਝ ਸਮੇਂ ਪਿਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦੇ ਦੇਖ ਕੇ ਉਹਨਾਂ ਨੇ ਭਾਈ ਲੈਨਾ ਜੀ ਨੂੰ ਆਪਣਾ ਠੀਕ ਹੈ ਜੀ ਉਤਰਤਾ ਰਿਕ ਨਿਯੁਕਤ ਕਰ ਦਿੱਤਾ ਭਾਈ ਲੈਨਾ ਜੀ ਠੀਕ ਹੈ ਜੀ ਆਪਣੇ ਹੈਗੇ ਸੀਗੇ ਦੂਜੇ ਗੁਰੂ ਸੀ ਸਹਿਦ ਜਿਹੜੇ ਹੈਗੇ ਨੇ ਗੁਰੂ ਅੰਗਦ ਦੇਵ ਜੀ ਨੇਗੇ ਉਹਨਾਂ ਨੂੰ ਠੀਕ ਹੈ ਜੀ ਉਹਨਾਂ ਨੇ ਆਪਣਾ ਜਿਹੜਾ ਨਿਯੁਕਤੀ ਕਰ ਦਿੱਤੀ ਸੀ ਭਾਈ ਲੈਨਾ ਜੀ ਸਿੱਖਾਂ ਦੇ ਦੂਜੇ ਗੁਰੂ ਹਨ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ ਠੀਕ ਹੈ ਜੇ ਤੁਹਾਡਾ ਆਨਸਰ ਹੈਗਾ ਨੋਟ ਕਰ ਲਓ ਇਸ ਨੂੰ ਚੰਗੀ ਤਰ੍ਹਾਂ ਕਾਫੀ ਤਾਂ ਇੰਪੋਰਟੈਂਟ ਆ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਗਨਰਾਜ ਹੈ ਵਿਆਖਿਆ ਕਰੋ ਇਸ ਦੀ ਆਪਣੇ ਵਿਆਖਿਆ ਕਰਨੀ ਹੈ ਚਲੋ ਆਪਾਂ ਇਸ ਦਾ ਜਿਹੜਾ ਆਨਸਰ ਆ ਉਹ ਕਰਵਾਉਣੇ ਆਗੇ ਹਾਂਜੀ ਸੰਵਿਧਾਨ ਰਾਹੀਂ ਭਾਰਤ ਵਿੱਚ ਇੱਕ ਧਰਮ ਨਿਰਪੱਖ ਲੋਕਤੰਤਰੀ ਗਨਰਾਜ ਦੀ ਸਥਾਪਨਾ ਕੀਤੀ ਗਈ ਧਰਮ ਨਿਰਪੱਖ ਰਾਜ ਤੋਂ ਭਾਵ ਸਭ ਧਰਮਾਂ ਦੀ ਸਮਾਨਤਾ ਅਤੇ ਸੁਤੰਤਰਤਾ ਤੋਂ ਹੈ ਅਜਿਹੇ ਰਾਜ ਵਿੱਚ ਰਾਜ ਦਾ ਆਪਣਾ ਕੋਈ ਖਾਸ ਧਰਮ ਨਹੀਂ ਹੁੰਦਾ ਧਰਮ ਦੇ ਆਧਾਰ ਉੱਤੇ ਠੀਕ ਹੈ ਜੀ ਨਾਗਰਿਕ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸਾਰੇ ਨਾਗਰਿਕ ਸ਼੍ਰੇਵ ਠੀਕ ਹੈ ਜੀ ਇੱਛਾ ਨਾਲ ਕੋਈ ਵੀ ਧਰਮ ਅਪਣਾਉਂ ਅਪਣਾ ਸਕਦੇ ਹਨ ਅਤੇ ਪੂਜਾ ਕਰਨ ਦੀ ਆਜ਼ਾਦ ਹੁੰਦੀ ਹਨ ਲੋਕਤੰਤਰੀ ਰਾਜ ਤੋਂ ਠੀਕ ਹੈ ਜੀ ਭਾਵ ਹੈ ਕਿ ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ حاصل ਹੁੰਦੇ ਹਨ ਅਤੇ ਨਾਗਰਿਕਾਂ ਰਾਹੀਂ ਚੁਣੇ ਗਏ ਚੁਣੇ ਗਏ ਪ੍ਰਸਿੱਧ ਦੇਸ਼ ਦਾ ਸ਼ਾਸਨ ਚਲਾਉਂਦੇ ਹਨ ਠੀਕ ਹੈ ਜੀ ਗਨਰਾਜ ਤੋਂ ਭਾਵ ਹੈ ਕਿ ਰਾਜ ਦਾ ਮੁਖੀ ਕੋਈ ਬਾਦਸ਼ਾਹ ਨਹੀਂ ਹੋਵੇਗਾ ਉਹ ਚੋਣਾ ਰਾਹੀਂ ਇੱਕ ਨਿਸ਼ਚਿਤ ਸਮੇਂ ਲਈ ਠੀਕ ਹੈ ਜੀ ਅਪਰ ਤਖਤ ਤੌਰ ਤੇ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ ਤਾਂ ਇਹ ਤੁਹਾਡਾ ਜਿਹੜਾ ਆਨਸਰ ਹੈ ਨੋਟ ਕਰ ਲਓ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲੇ ਰਾਜ ਦੇ ਮੁੱਖ ਮੰਤਰੀ ਦੀ ਠੀਕ ਹੈ ਨਿਯੁਕਤੀ ਕਿਵੇਂ ਹੁੰਦੀ ਆ ਕਾਫੀ ਜਿਆਦਾ ਇੰਪੋਰਟੈਂਟ ਕੁਐਸਚਨ ਆ ਇਹ ਤੁਹਾਨੂੰ ਨੋਲੇਜ ਵੀ ਹੋਣੀ ਚਾਹੀਦੀ ਆ ਕੇਂਦਰ ਵਾਂਗ ਰਾਜਾਂ ਵਿੱਚ ਵੀ ਸ਼ਾਸਨ ਦੀ ਸੰਸਤੀ ਪ੍ਰਣਾਲੀ ਅਪਣਾਈ ਜਾਂਦੀ ਹੈ ਠੀਕ ਹੈ ਜੀ ਰਾਜਪਾਲ ਨਾਂ ਮਤਰ ਦਾ ਮੁੱਖ ਮੰਤਰੀ ਹੁੰਦਾ ਹੈ ਉਸ ਦੀ ਮਦਦ ਅਤੇ ਸਲਾਹ ਲਈ ਮੁੱਖ ਮੰਤਰੀ ਤੇ ਉਸ ਦਾ ਮੰਤਰੀ ਮੰਡਲ ਹੁੰਦਾ ਹੈ ਮੰਤਰੀ ਮੰਡਲ ਰਾਜ ਦੀ ਠੀਕ ਹੈ ਜੀ ਅਗਲੀ ਕਾਰਜ ਪਾਲਿਕਾ ਹੁੰਦੀ ਹੈ ਰਾਜਪਾਲ ਵਿਧਾਨ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਮੁੱਖ ਮੰਤਰੀ ਨਿਯੁਕਤ ਕਰਦਾ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਦੀ ਸਲਾਹ ਉੱਤੇ ਉਹ ਦੂਜੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ ਰਾਜਪਾਲ ਮੁੱਖ ਮੰਤਰੀ ਵਜੋਂ ਦਿੱਤੀ ਗਈ ਸੂਚੀ ਵਿੱਚ ਨਾ ਤਾਂ ਆਪਣੀ ਮਰਜ਼ੀ ਨਾਲ ਕੋਈ ਨਾ ਜੋੜ ਸਕਦਾਗਾ ਠੀਕ ਹੈ ਜੀ ਮੁੱਖ ਰਾਜਪਾਲ ਮਨੁੱਖ ਮੁੱਖ ਮੰਤਰੀ ਵਜੋਂ ਦਿੱਤੀ ਗਈ ਸੂਚੀ ਵਿੱਚ ਨਾ ਤਾਂ ਆਪਣੀ ਮਰਜ਼ੀ ਨਾਲ ਕੋਈ ਨਾਂ ਜੋੜ ਸਕਦਾਗਾ ਠੀਕ ਹੈ ਜੀ ਤੇ ਨਾ ਹੀ ਸੂਚੀ ਵਿੱਚ ਦਿੱਤੇ ਗਏ ਨਾਵਾਂ ਵਿੱਚੋਂ ਕਿਸੇ ਨਾਂ ਨੂੰ ਕੱਟ ਸਕਦਾਗਾ ਠੀਕ ਹੈ ਜੀ ਇਹ ਆ ਆਪਣੇ ਕੋਲ ਇਹ ਮੁੱਖ ਮੰਤਰੀ ਨਿਯੁਕਤੀ ਕਿਵੇਂ ਹੁੰਦੀ ਹੈਗੀ ਇਹ ਆਨਸਰ ਨੂੰ ਨੋਟ ਕਰ ਦੇਣਾ ਅਗਲਾ ਪ੍ਰਸ਼ਨ ਹੈਗਾ ਆਪਣੇ ਕੋਲ ਭਾਰਤ ਵਿੱਚ ਕਪਾਹ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ ਇਹ ਆਪਾਂ ਜਿਹੜਾ ਹੈਗਾ ਇਹ ਅਗਲਾ ਪ੍ਰਸ਼ਨ ਆ ਗਿਆ ਠੀਕ ਹੈ ਜੀ ਆਪਾਂ ਇੱਕ ਵਾਰੀ ਦੇਖ ਦਿਆਂਗੇ ਹਾਂ ਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਆਪਣੇ ਕੋਲੇ ਉਰੇ ਤੱਕ ਕਰ ਲੈਨੇ ਆ ਆਪਣੇ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਠੀਕ ਹੈ ਜੀ ਉਰੇ ਤੱਕ ਕਰ ਲੈਨੇ ਇਸ ਤਰ੍ਹਾਂ ਆਪ ਆਪਣੇ ਕੋਲੇ ਹੈਗਾ ਭਾਗ ਸਸਾ ਭਾਗ ਸਸਾ ਦੇ ਵਿੱਚ ਸਾਇਦ ਤੁਹਾਨੂੰ ਇਹ ਜਿਹੜੇ ਹੈਗੇ ਨੇ ਇੱਕ ਮਿੰਟ ਆਪਾਂ ਦੇਖ ਜਾਈਏ ਵੀ ਇਹਨਾਂ ਕਿੰਨੇ ਪ੍ਰਸ਼ਨ ਨੇਗੇ ਹਾਂਜੀ ਇਹ ਹੈਗੇ ਨੇ ਆਪਣੇ ਕੋਲ ਤਿੰਨ ਪ੍ਰਸ਼ਨ ਨੇਗੇ ਇੱਥੇ ਇਹਨਾਂ ਨੂੰ ਉੱਤੇ 4 ਲਿਖਤਾ ਇਹ ਕੀ ਗੱਲ ਹੈ ਇੱਥੇ ਇੱਕ ਮਿਸਪ੍ਰਿੰਟ ਹੋ ਗਿਆ ਹੋਊਗਾ ਚਲੋ ਹਾਂ ਜਿਹੜੇ ਹੈਗੇ ਨੇ ਇਹ 5-5 ਨੰਬਰ ਦੇ ਹੋਣਗੇ ਠੀਕ ਹੈ ਜੀ ਇੱਕ ਮਿੰਟ ਆਪਾਂ ਦੁਬਾਰਾ ਤੋਂ ਦੇਖਦੇ ਆ ਵੀ ਇਹਨਾਂ ਕਿੰਨੇ ਕਿੰਨੇ ਨੰਬਰ ਦੇ ਨੇ ਹਾਂਜੀ ਇਹ ਤੁਹਾਨੂੰ ਹੈਗੇ ਨੇਗੇ 5.5 ਨੰਬਰ ਦੇ ਹੋ ਸਕਦੇ ਨੇ ਕਿ ਇੱਕ ਵਾਰੀ ਤੁਸੀਂ ਦੇਖ ਲੈਣਾ ਵੀ ਇਹਨੇ ਕਿੰਨੇ ਕਿੰਨੇ ਨੰਬਰ ਦੇ ਨੇ ਜਿਵੇਂ ਕਿ ਇਹ ਹੈਗੇ ਨੇ ਤੁਹਾਨੂੰ 4 ਪਹਿਲਾ ਹੈਗਾ ਆਲਮੀ ਤਪਸ ਕਿਸ਼ ਨੂੰ ਕਹਿੰਦੇ ਹਨ ਵਿਆਖਿਆ ਕਰੋ ਜਾਂ ਭਾਰਤ ਵਿੱਚ ਇੱਕ ਪਾ ਦੇ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ ਇਹਨਾਂ ਦੋਨਾਂ ਦੇ ਵਿੱਚੋਂ ਮੈਂ ਇੱਕ ਕਰਵਾ ਦੇਣਾ ਨੀਚਰਲਾ ਕਰਾਉਂਗਾ ਮੈਂ ਤੁਹਾਨੂੰ ਕਪਾਹ ਵਾਲਾ ਜਿਹੜਾ ਉਤਲਾ ਤੁਸੀਂ ਨੇ ਆਪਣੀ ਬੁੱਕ ਵਿੱਚ ਲੱਭਣਾ ਕਿਉਂਕਿ ਕਾਫੀ ਜਦਾਂ ਇੰਪੋਰਟੈਂਟ ਹੈ ਚਲੋ ਆਪਾਂ ਕਪਾਹ ਦੇ ਉਤਪਾਦਨ ਬਾਰੇ ਆਪਾਂ ਵਿਆਖਿਆ ਦੇ ਵਿੱਚ ਜਾਣਦੇ ਹਾਂ ਕੀ ਹੈ ਕਪਾਹ ਦਾ ਕਾਰੋਬਾਰ ਚੀਜ਼ ਕਪਾਹ ਵਿੱਚ ਹਾਂਜੀ ਭਾਰਤ ਵਿੱਚ ਕਪਾਹ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ ਭਾਰਤ ਵਿੱਚ ਕਪਾਹ ਦੇ ਪੌਦੇ ਦਾ ਮੂਲ ਸਥਾਨ ਮੰਨਿਆ ਜਾਂਦਾ ਹੈ ਇਹ ਸੂਤੀ ਕੱਪੜਾ ਉਦਯੋਗ ਦਾ ਮਹੱਤਵਪੂਰਨ ਕੱਚਾ ਮਾਲ ਹੈ ਭਾਰਤੀ ਸੰਸਾਰ ਵਿੱਚ ਕਪਾਹ ਦਾ ਤੀਜਾ ਵੱਡਾ ਉਤਪਾਦਨ ਹੈ ਬੂਰੇ ਸੰਸਾਰ ਦੇ ਵਿੱਚੋਂ ਭਾਰਤ ਜਿਹੜਾ 3 ਨੰਬਰ ਤੇ ਆਉਂਦਾ ਕਪਾਹ ਦੀ ਖੇਤੀ ਨੂੰ ਲੈ ਕੇ ਠੀਕ ਹੈ ਭੂਗੋਲਿਕ ਹਾਲਾਤ ਕਪਾਹ ਦੇ ਲਈ ਕਾਲੀ ਮਿੱਟੀ ਅਤੇ ਜਲੋਡ ਮਿੱਟੀ ਆਦਰਸ਼ ਮੰਨੀ ਜਾਂਦੀ ਹੈ ਠੀਕ ਹੈ ਜਿਹੜੀ ਜਲੋਡ ਮਿੱਟੀ ਹੁੰਦੀ ਹੈ ਤੇ ਗਾਲੀ ਮਿੱਟੀ ਹੁੰਦੀ ਹੈ ਉਹ ਕਪਾਹ ਦੀ ਖੇਤੀ ਦੇ ਲਈ ਬਹੁਤ ਹੀ ਜ਼ਿਆਦਾ ਜਿਹੜੀ ਹੁੰਦੀ ਹੈਗੇ ਉਹ ਆਦਰਸ਼ ਹੁੰਦੀ ਹੈ ਮਤਲਬ ਲਾਭਕਾਰੀਕ ਹੁੰਦੀ ਹੈ ਦੂਜਾ ਹੈਗਾ ਇਸ ਦੇ ਲਈ ਉੱਚਾ ਤਾਪਮਾਨ ਅਤੇ ਹਲਕੀ ਜਹੀ ਵਰਖਾ ਸਿੰਚਾਈ ਲਈ ਜ਼ਰੂਰੀ ਹੈ ਠੀਕ ਹੈ ਜੀ ਵਰਖਾ ਜ਼ਰੂਰੀ ਹੈ ਇਸ ਦੇ ਲਈ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਪੁਆਇੰਟ ਹੈਗਾ ਇਸ ਲਈ ਸਾਲ ਵਿੱਚ 2210 ਦਿਨ ਬਿਨਾ ਠੰਡ ਦੇ ਖੋਣੇ ਚਾਹੀਦੇ ਹਨ ਠੀਕ ਹੈ ਜੀ ਬਿਨਾ ਠੰਡ ਤੋਂ ਹੁੰਦੀ ਹੈ ਇਹ ਇਸ ਤੋਂ ਬਾਅਦ ਚੌਥਾ ਹੈਗਾ ਕਿ ਪਾ ਇੱਕ ਹਾਂਜੀ ਖਰੀਫ ਦੀ ਫਸਲ ਹੈ ਖਰੀਫ ਕੋਈ ਇਹ ਦੇਸ ਹੋਊਗਾ ਇਸ ਦੀ ਫਸਲ ਨੂੰ ਤਿਆਰ ਹੋਣ ਵਿੱਚ 6 ਅੱਠ ਤੁਲਸੀ ਤੋਂ ਲੈ ਕੇ 8 ਮਹੀਨੇ ਲੱਗ ਜਾਂਦੇ ਹਨ ਪੰਜਵਾਂ ਪੁਆਇੰਟ ਹੈਗਾ ਫਸਲ ਦੇ ਤਿਆਰ ਹੋਣ ਦੇ ਸਮੇਂ ਖੁੱਲ੍ਹਿਆ ਹੋਇਆ ਮੌਸਮ ਜ਼ਰੂਰੀ ਹੈ ਇਸ ਨਾਲਕ ਪਾਗ ਵਿੱਚ ਚਮਕਾ ਜਾਂਦੀ ਹੈ ਸੀਮਾ ਪੁਆਇੰਟ ਹੈਗਾ ਕਪਾਹ ਦੇ ਡੋਡੇ ਚੋਣਨ ਠੀਕ ਹੈ ਜੀ ਚੋਗਣ ਲਈ ਸਸਤੇ ਅਤੇ ਕੁਸ਼ਲ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ ਇਹ ਤੁਹਾਡਾ ਪੁਆਇੰਟ ਆ ਉਸ ਤੋਂ ਬਾਅਦ ਆਪਣੇ ਕੋਲ ਆਇਆ ਹੈਗਾ نیچے ਉਤਪਾਦਨ ਖੇਤਰ ਕਪਾਹ ਦੱਖਣੀ ਪਠਾਨ ਦੇ ਕਾਲੀ ਮਿੱਟੀ ਵਾਲੇ ਖੁਸ਼ਕ ਪ੍ਰਦੇਸ਼ਾਂ ਵਿੱਚ ਹੁੰਦੀ ਹੈ ਇਸ ਦੇ ਮੁੱਖ ਉਤਪਾਦਨ ਜਿਹੜੇ ਹੈਗੇ ਨੇ ਉਹ ਹੈਗੇ ਨੇ ਰਾਜ Maharashtra ਠੀਕ ਹੈ ਜੀ Gujarat Madhya Pradesh Karnataka Andhra Pradesh Telangana ਠੀਕ ਹੈ ਜੀ Tamil Nadu Punjab ਵੀ ਹੈਗਾ Haryana ਅਤੇ Uttar Pradesh ਇਹ ਜਿਹੜੇ ਸ਼ਾਮਿਲ ਨੇ ਜਿੱਥੇ-ਜਿੱਥੇ ਜਿਹੜੀ ਹੈਗੀ ਕਪਾਹ ਦੀ ਖੇਤੀ ਕਰਨੀ ਅਸੰਭਵ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਹੈਗਾ ਅਗਲਾ ਪ੍ਰਸ਼ਨ ਦੇਖਦੇ ਆਪਾਂ ਹਾਂਜੀ ਅਗਲਾ ਪ੍ਰਸ਼ਨ ਹੋਏਗਾ ਆਪਣੇ ਕੋਲ ਇੱਕ ਵਾਰੀ ਆਪਾਂ ਕੁਐਸਚਨ ਪੇਪਰ ਵੱਲ ਦੇਖ ਲੈਣੇ ਆ ਉਸ ਤੋਂ ਬਾਅਦ ਆਪਾਂ ਆਨਸਰਾਂ ਵੱਲ ਆਉਣੇ ਆ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਆਪਣੇ ਜਿਹੜੇ ਹੈਗਾ ਉਤਲਾ ਕਰ ਲਿਆ ਇਸ ਤੋਂ ਬਾਅਦ ਦੂਜਾ ਹੈਗਾ ਇਹ ਸਾਰੇ ਇਤਿਹਾਸ ਪਰੋਸ਼ਯੋਗ ਹੁੰਦੀ ਹਨ ਉਦਾਹਰਨ ਸਹਿਤ ਵਿਆਖਿਆ ਕਰੋ ਬੀਮੇ ਦੇ ਲਾਭ ਦਾ ਵਰਨਨ ਆਪਣੇ ਸ਼ਬਦਾਂ ਵਿੱਚ ਕਰੋ ਠੀਕ ਹੈ ਆਪਣੇ ਸ਼ਬਦਾਂ ਦੇ ਵਿੱਚ ਤੁਸੀਂ ਬੀਮੇ ਦੇ ਜਿਹੜੇ ਲਾਭ ਹੁੰਦੇ ਨੇਗੇ ਉਸ ਦੇ ਬਾਰੇ ਦੱਸਣਾਗਾ ਅਤੇ ਜਿਹੜੇ ਇਹ ਕੌਂਸ਼ਣਗਾ ਇਹਨਾਂ ਦਾ ਆਨਸਰ ਸਾਨੂੰ ਨਹੀਂ ਲੱਭਿਆ ਤਾਂ ਕਰਕੇ ਤੁਸੀਂ ਦੋਨਾਂ ਦਾ ਆਨਸਰ ਆਹ ਆਪਣੀ ਬੁੱਕ ਜਾਂ ਨੋਟਬੁੱਕ 'ਚੋ ਕਰ ਲੈਣਾ ਹਾਂਜੀ ਹਾਂਜੀ ਅਸੀਂ ਤੁਹਾਨੂੰ ਇਹ ਕਰਵਾ ਦਿੰਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ਜਾਂ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਕੀ ਕਾਰਜ ਕੀਤੇ ਅਸੀਂ ਤੁਹਾਨੂੰ ਉਤਲਾ ਕਰਵਾ ਦਿੰਨੇ ਆ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਇਸ ਤੋਂ ਬਾਅਦ ਨੈਕਸਟ ਪ੍ਰਸ਼ਨ ਹੈਗਾ ਜਿਹੜਾ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ਠੀਕ ਹੈ ਜੀ ਇਸ ਦੇ ਵਿੱਚ ਇੱਕ ਜਾਂ ਦੇ ਵਿੱਚ ਕੌਂਸਟਨ ਹੈਗਾ ਉਸ ਦਾ ਆਪਾਂ ਨੇ ਜਿਹੜਾ ਆਨਸਰ ਹੈਗਾ ਉਹ ਲੈ ਕੇ ਆਏਗਾ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਪੰਜ ਜਿਹੜਾ ਹੈਗਾ ਕੌਂਸਟਨ ਉਹ ਪੜ੍ਹ ਲੈਣੇ ਆ ਹਾਂਜੀ ਵਿਦਿਆਰਥੀ ਇੱਕ ਵਾਰੀ ਮੈਂ ਫੇਅਰ ਕਰਦਾ ਮੈਂ ਚੈਨਲ ਤੇ ਪਹਿਲੀ ਵਾਰ ਆਇਓਗੇ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਆਪਾਂ ਪੜ੍ਹਦੇ ਅੰਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਲਾ ਜਿਹੜਾ ਹੈਗਾ ਇਹ ਕੁਐਸਚਨ ਹੈ ਇਹ ਮੈਂ ਤੁਹਾਨੂੰ ਕਹੂੰਗਾ ਕਿ ਇਹ ਤੁਸੀਂ ਹੁਣੀ ਯਾਦ ਕਰ ਲੈਣਾ ਕਿਉਂਕਿ ਇੱਕ ਇਹਦਾ ਤੁਹਾਨੂੰ ਇਹ ਇਸ ਇਹਨਾਂ ਪੇਪਰਾਂ ਦੇ ਵਿੱਚ ਆਊਗਾ ਠੀਕ ਹੈ ਜੀ ਅਤੇ ਜਿਹੜਾ ਇਹ ਹੀ ਆਏਗਾ ਇਹ ਫਾਈਨਲ ਪੇਪਰ ਦੇ ਵਿੱਚ ਵੀ ਪੱਕਾ ਆਉਂਦਾ ਹੁੰਦਾ ਹੈਗਾ ਠੀਕ ਹੈ ਜੀ ਕਿਉਂਕਿ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜਿਵੇਂ ਕਿ ਪਹਿਲਾ ਕੁਐਸਚਨ ਹੈਗਾ ਅਨਸਰ ਸਟਾਰਟ ਹੋ ਰਿਹਾ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸ਼ਮੇ ਗੁਰੂ ਅਤੇ ਅੰਤਿਮ ਗੁਰੂ ਸਨ ਉਹ ਅਧਿਆਤਮਿਕ ਨੇਤਾ ਉੱਚ ਕੋਟੀ ਦੇ ਸੰਗਠਨ ਕਰਨਾ ਸਫਲ ਸੈਨਾਤਿਕ ਇਸ ਤੋਂ ਬਾਅਦ ਲਿਖਿਆ ਇਹਨਾਂ ਨੇ ਪ੍ਰਭੂਤੀਸ਼ਾਲੀ ਵਿਦਵਾਨ ਅਤੇ ਮਹਾਨ ਸੁਧਾਰਕ ਦੇ ਗੁਣ ਰੱਖਦੇ ਸਨ ਉਹਨਾਂ ਦੇ ਜੀਵਨ ਦਾ ਸੰਖੇਪ ਵਰਨਨ ਹੇਠ ਲਿਖੇ ਹਨ ਜਨਮ ਅਤੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1966 ਇਸਵੀ ਵਿੱਚ ਪਟਨਾ ਮਤਲਬ ਬਿਹਾਰ ਦੀ ਰਾਜਧਾਨੀ ਵਿੱਚ ਹੋਇਆ ਉਨ੍ਹਾਂ ਦੀ ਮਾਤਾ ਦਾ ਨਾਮ ਗੁਜਰੀ ਸੀ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ ਗੁਰੂ ਤੇਗ ਬਹਾਦਰ ਜੀ ਉਨ੍ਹਾਂ ਦੇ ਠੀਕ ਹੈ ਜੀ ਮਤਲਬ ਉਨ੍ਹਾਂ ਦੇ ਪਿਤਾ ਸਨ ਠੀਕ ਹੈ ਜੀ ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਪੂਰਬੀ ਪ੍ਰਦੇਸ਼ਾਂ ਦੀ ਯਾਤਰਾ ਕਰ ਰਹੇ ਸਨ ਉਸ ਸਮੇਂ ਮਾਤਾ ਗੁਜਰੀ ਜੀ ਆਪਣੀ ਬਾਕੀ ਪਰਿਵਾਰ ਨਾਲ ਪਟਨਾ ਵਿੱਚ ਠਹਿਰੇ ਹੋਏ ਸਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਨਾਲ ਸੀ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਨਵੇਂ ਜੰਮੇ ਬਾਲਕ ਦਾ ਨਾਮ ਗੁਰੂ गोविंद दाज जी ਰੱਖਿਆ ਗਿਆ ਪਰੰਤੂ ਕੁਝ ਸਮੇਂ ਪਿਛੋਂ ਉਹਨਾਂ ਨੂੰ गोविंद ਰਾਏ ਜੀ ਵੀ ਕਿਹਾ ਜਾਣ ਲੱਗਾ ਇਸ ਤੋਂ ਅਗਲਾ ਪੁਆਇੰਟ ਹੈਗਾ ਪਟਨਾ ਵਿੱਚ ਬਚਪਨ गोविंद ਸਿੰਘ ਜੀ गोविंद ਰਾਏ ਜੀ ਨੇ ਆਪਣੇ ਜੀਵਨ ਦੇ ਮੋੜਨੇ 5 ਸਾਲ ਪਟਨਾ ਵਿੱਚ ਬਤੀਤ ਕੀਤੇ ਬਚਪਨ ਵਿੱਚ ਉਹ ਅਜਿਹੇ ਖੇਡਾਂ ਖੇਡਦੇ ਸਨ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਸੀ ਕਿ ਇੱਕ ਦਿਨ ਉਹ ਧਾਰਮਿਕ ਅਤੇ ਮਹਾਨ ਨੇਤਾ ਬਣਨਗੇ ਉਹ ਆਪਣੇ ਸਾਥੀਆਂ ਦੀਆਂ ਦੌੜਾਂ ਕੁਸ਼ਤੀਆਂ ਅਤੇ ਨਕਲੀ ਲੜਾਈਆਂ ਕਰਵਾਇਆ ਕਰਦੇ ਸਨ ਉਹ ਆਪ ਵੀ ਇਹਨਾਂ ਖੇਡਾਂ ਵਿੱਚ ਹਿੱਸਾ ਲੈਂਦੇ ਸਨ ਉਹ ਆਪਣੇ ਸਾਥੀਆਂ ਦੇ ਝਗੜੇ ਦਾ ਨਿਪਟਾਰਾ ਕਰਨ ਲਈ ਅਦਾਲਤ ਵੀ ਲਗਾਏ ਕਰਦੇ ਸਨ ਅਗਲਾ ਪੁਆਇੰਟ ਹੈਗਾ ਲਖਨੌਰ ਵਿੱਚ ਦਸਤਾਰਬੰਦੀ ਦੀ ਰਸਮ 1900 1900 ਸੋਰੀ 1633 ਈਸਵੀ ਵਿੱਚ ਬਾਲਕ ਗੋਬਿੰਦ ਰਾਏ ਜੀ ਦੀ ਲਖਨੌਰ ਵਿਖੇ ਦਸਤਾਰਬੰਦੀ ਦੀ ਰਸਮ ਪੂਰੀ ਕੀਤੀ ਸਿੱਖਿਆ 1672 ਈਸਵੀ ਦੇ ਸ਼ੁਰੂ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਚੱਕ ਨਾਨਕੀ ਮਤਲਬ ਆਨੰਦਪੁਰ ਸਾਹਿਬ ਵਿੱਚ ਰਹਿਣ ਲੱਗੇ ਇੱਥੇ ਗੁਰੂ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ ਫਾਰਸੀ ਅਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਘੋੜਸਵਾਰੀ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਗਈ ਅਗਲਾ ਪੁਆਇੰਟ ਹੈਗਾ ਪਿਤਾ ਦੀ ਸਿੱਧੀ ਅਤੇ ਗੁਰਗੱਦੀ ਦੀ ਪ੍ਰਾਪਤੀ 1675 ਈਸਵੀ ਵਿੱਚ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮੁਗਲ ਜ਼ਾਲਮਾਂ ਦੇ ਵਿਰੁੱਧ ਵਿੱਚ ਆਪਣੀ ਸ਼ਹੀਦੀ ਦੇ ਦਿੱਤੀ ਪਿਤਾ ਜੀ ਦੀ ਸ਼ੀਧੀ ਤੋਂ ਬਾਅਦ ਗੋਬਿੰਦ ਗੋਬਿੰਦ ਰਾਏ ਨੇ ਠੀਕ ਹੈ ਗੁਰਗੱਦੀ ਸੰਭਾਲੀ ਅਤੇ ਸਿੱਖਿਆ ਦੀ ਅਗਵਾਈ ਕਰਨੀ ਸ਼ੁਰੂ ਕਰ ਦਿੱਤੀ ਵਿਹਾ ਠੀਕ ਹੈ ਜੀ ਕੁਝ ਵਿਵਾਦਾਂ ਅਨੁਸਾਰ ਗੋਬਿੰਦ ਰਾਏ ਜੀ ਨੇ ਮਾਤਾ ਜੀਤੋ ਮਾਤਾ ਸੁੰਦਰੀ ਅਤੇ ਮਾਤਾ ਸਹਿਬਕੌਰ ਨਾਂ ਦੀਆਂ ਤਿੰਨ ਇਸਤਰੀਆਂ ਨਾਲ ਵਿਆਹ ਕੀਤਾ ਠੀਕ ਹੈ ਜੀ ਪਰ ਕੁਝ ਵਿਦਵਾਨ ਇਹ ਤਿੰਨੋਂ ਨਾਮ ਮਾਤਾ ਜੀਤੋ ਦੇ ਹੀ ਮੰਨਦੇ ਹਨ ਗੁਰੂ ਜੀ ਦੇ ਚਾਰ ਪੁੱਤਰ ਹੋਏ ਸਹਿਬਜ਼ਾਦਾ ਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਸਹਿਬਜ਼ਾਦਾ ਯੂਰਵਾਰ ਸਿੰਘ ਅਤੇ ਸਹਿਬਜ਼ਾਦਾ ਫਤਿਹ ਸਿੰਘ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪੁਆਇੰਟ ਹੈਗਾ ਆਪਾਂ ਨੂੰ ਸੈਨਾ ਦਾ ਸੰਗਠਨ ਸੈਨਾ ਦਾ ਸੰਗਠਨ ਕੀਤਾ ਸੀਗਾ ਉਹਨਾਂ ਨੇ ਸਿੱਖ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਨੇ ਠੀਕ ਹੈ ਜੀ ਸੈਨਾ ਦਾ ਸੰਗਠਨ ਕੀਤਾ ਬਹੁਤ ਜ਼ਰੂਰੀ ਸੀਗਾ ਇਸ ਲਈ ਗੁਰੂ ਸਾਹਿਬ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜਿਸ ਵੀ ਸਿੱਖ ਦੇ ਚਾਰ ਪੁੱਤਰ ਹੋਣ ਉਹਨਾਂ ਵਿੱਚੋਂ ਉਹ ਦੋ ਪੁੱਤਰਾਂ ਨੂੰ ਉਹਨਾਂ ਦੀ ਸੈਨਾ ਵਿੱਚ ਭਰਤੀ ਕਰਵਾਉਣਾ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਹੋਰ ਵਸਤੂਆਂ ਦੀ ਥਾਂ ਘੋੜਿਆਂ ਅਤੇ ਹਥਿਆਰਾਂ ਦੀ ਭੇਟ ਕਰਨ ਛਿੱਟੇ ਵੱਜੋਂ ਜਲਦੀ ਹੀ ਗੁਰੂ ਸਾਹਿਬ ਕੋਲ ਅਣਗਿਣਤ ਸੈਨਿਕ ਅਤੇ ਯੁੱਧ ਸਮਰਗਰੀ ਇਕੱਠੀ ਹੋ ਗਈ। ਉਹਨਾਂ ਨੇ ਸਟੋਰਾ ਦੇ ਪੀਰ ਬੁੱਧ ਸਾਧ ਦੇ 592 ਸੈਨਿਕਾਂ ਨੂੰ ਵੀ ਆਪਣੀ ਸੈਨਾ ਵਿੱਚ ਸ਼ਾਮਿਲ ਕਰ ਲਿਆ। ਗੁਰੂ ਜੀ ਦੇ ਰਾਜ ਰਾਜਸੀ ਚਿੰਨ ਅਤੇ ਸ਼ਾਨਦਾਰ ਦਰਬਾਰ ਗੁਰੂ ਗੋਬਿੰਦ राय ਜੀ ਨੇ ਵੀ ਆਪਣੇ ਦਾਦਾ ਜੀ ਠੀਕ ਹੈ ਜੀ ਗੁਰੂ ਹਰਗੋਬਿੰਦ ਜੀ ਦੀ ਤਰ੍ਹਾਂ ਰਾਜਸੀ ਚੈਨਾ ਨੂੰ ਅਪਣਾਇਆ ਉਹ ਆਪਣੀ ਪਗੜੀ ਉੱਤੇ ਕਲਗੀ ਸਜਾਉਣ ਲੱਗੇ ਅਤੇ ਰਾਜਗੱਦੀ ਦੀ ਤਰ੍ਹਾਂ ਉੱਚੇ ਸਿੰਘਾਸਣ ਉੱਪਰ ਬੈਠਣ ਲੱਗੇ ਉਹਨਾਂ ਨੇ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਉਹ ਦਲੇਰ ਸਿੱਖਾਂ ਦੇ ਨਾਲ ਨਾਲ ਆਪਣੇ ਕੋਲ ਹਾਥੀ ਘੋੜੇ ਵੀ ਰੱਖਣ ਲੱਗੇ ਉਹ ਆਨੰਦਪੁਰ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਦੇ ਜਾਂਦੇ ਇਸ ਤੋਂ ਇਲਾਵਾ ਉਹਨਾਂ ਨੇ ਰੰਜੀਤ ਨਗਾਰਾ ਵੀ ਬਣਾਇਆ ਗੁਰੂ ਜੀ ਪਟਨਾ ਸਾਹਿਬ ਵਿੱਚ ਅਗਲਾ ਪੁਆਇੰਟ ਹੈਗਾ ਗੁਰੂ ਸਾਹਿਬ ਦੁਆਰਾ ਅਨੰਦਪੁਰ ਸਾਹਿਬ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਬिलासपुर ਦੇ ਰਾਜਾ ਭੀਮ ਚੰਦ ਨੂੰ ਚੰਗੀਆਂ ਨਾਂ ਲੱਗੀਆਂ ਉਹ ਕਿਸੇ ਨਾ ਕਿਸੇ ਬਹਾਨੇ ਗੁਰੂ ਜੀ ਨਾਲ ਜੁੱਧ ਕਰਨਾ ਚਾਹੁੰਦਾ ਸੀ ਠੀਕ ਹੈ ਜੀ ਜਿਹੜਾ ਕੀ ਹੈਗਾ ਸੀਗਾ ਰਾਜਾ ਭੀਮ ਚੰਦ ਸੀਗਾ ਪਰੰਤੂ ਗੁਰੂ ਜੀ ਉਸ ਨਾਲ ਲੜਾਈ ਕਰਕੇ ਆਪਣੀ ਸੈਨਾ ਸ਼ਕਤੀ ਨਹੀਂ ਗਮਾਉਣਾ ਚਾਹੁੰਦੇ ਸਨ ਇਸ ਲਈ ਉਹ ਨਾਹਰ ਦੇ ਰਾਜਾ ਮੰਦਰੀ ਸੀ ਪ੍ਰਕਾਸ਼ ਦੇ ਸਦੇ ਤੇ ਨਾਹਨ ਰਾਜ ਵਿੱਚ ਚਲੇ ਗਏ ਉੱਥੇ ਉਹਨਾਂ ਨੇ ਨਾਹਨ ਰਾਜ ਵਿੱਚ ਜਮਰਾ ਜਮੂਨਾ ਨਦੀ ਦੇ ਕੰਢੇ ਇੱਕ ਸੁੰਦਰ ਇਕਾਂਤ ਸਥਾਨ ਚੁਣ ਲਿਆ ਉਸ ਸਥਾਨ ਦਾ ਨਾਂ ਰੱਖਿਆ ਗਿਆ ਪੌਂਟਾ ਸਾਹਿਬ ਠੀਕ ਹੈ ਜੀ ਅਗਲਾ ਪੁਆਇੰਟ ਹੈਗਾ ਆਪਣੇ ਕੋਲੇ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ 1682 ਈਸਵੀ ਵਿੱਚ ਪੰਗਾਣੀ ਦੀ ਲੜਾਈ ਲੜੀ ਭਈ ਠੀਕ ਹੈ ਜੀ ਇਸ ਯੁੱਧ ਵਿੱਚ ਗੁਰੂ ਜੀ ਨੇ ਰਾਜਾ ਫਤਿਹ ਸਾਹ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ਦੂਜਾ ਪੁਆਇੰਟ ਹੈਗਾ ਇਸੇ ਦੌਰਾਨ ਜਦੋਂ ਮੁਗਲ ਬਾਦਸ਼ਾਹ ਰੰਗਜੀਵ ਨੇ 1693 ਈਸਵੀ ਵਿੱਚ ਪੰਜਾਬ ਦੇ ਸ਼ਾਸਕਾਂ ਨੂੰ ਹਾਦੀਸ ਦਿੱਤਾ ਕਿ ਗੁਰੂ ਜੀ ਵਿਰੁੱਧ ਯੁੱਧ ਛੇੜਨ ਲਈ ਇਸ ਲਈ ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਨੇ ਆਪਣੇ ਪੁੱਤਰ ਠੀਕ ਹੈ ਜੀ ਖਾਨ ਜੱਦਾ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ ਪਰੰਤੂ ਸਿੱਖਾਂ ਨੇ ਉਸ ਨੂੰ ਹਰਾ ਦਿੱਤਾ ਲੜਾਈ ਚੱਲ ਪਈ ਸੀਗਾ ਠੀਕ ਹੈ ਜੀ ਇਸ ਵਾਰ ਤੀਜਾ ਪੁਆਇੰਟ ਹੈਗਾ ਆਪਣੇ ਕੋਲੇ ਖਾਨ ਜੰਦਨ ਦੀ ਸਵਭਤਾ ਤੋਂ ਬਾਅਦ ਅਸਫਲਤਾ ਤੋਂ ਬਾਅਦ 1696 ਈਸਵੀ ਵਿੱਚ ਠੀਕ ਹੈ ਜੀ ਸ਼ੁਰੂ ਵਿੱਚ ਕਾਂਗੜਾ ਪ੍ਰਦੇਸ਼ ਦੇ ਫੌਜਦਾਰ ਨੇ ਹੁਸੈਨ ਖਾਨ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ ਪਰੰਤੂ ਉਹ ਪਹਾੜੀ ਰਾਜਿਆਂ ਨਾਲ ਹੀ ਉਲਝ ਕੇ ਰਹਿ ਗਿਆ ਅਗਲਾ ਪੁਆਇੰਟ ਹੈ ਕਿ ਆਪਣੇ ਕੋਲ ਇਹ ਖਾਲਸਾ ਦੀ ਸਿਰਜਣਾ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ राय ਨੇ ਠੀਕ ਹੈ ਜੀ ਖਾਲਸਾ ਦੀ ਸਿਰਜਣਾ ਕੀਤੀ। ਉਹਨਾਂ ਨੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰੇ ਆਂ ਦਿਆ ਰਾਮ, ਧਰਮਨ ਦਾਸ, ਮੋਹਨ ਚੰਦ, ਸਹਿਬ ਚੰਦ ਅਤੇ ਹਿੰਮਤ ਰਾਏ ਨੂੰ ਸਿਕਾਇਆ। ਉਹਨਾਂ ਦੇ ਨਾਂ ਨਾਲ ਸਿੰਘ ਸ਼ਬਦ ਲਗਾਇਆ। ਫਿਰ ਉਹਨਾਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਗੁਰੂ ਜੀ ਨੇ ਆਪਣੇ ਆਪ ਵੀ ਆਪਣੇ ਨਾਂ ਨਾਲ ਜਿਹੜਾ ਸਿੰਘ ਲਗਾ ਲਿਆ ਸੀਗਾ ਫਿਰ ਉਹਨਾਂ ਦਾ ਜਿਹੜਾ ਨਾਮ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਪੈ ਗਿਆ ਸੀ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਖਾਲਸਾ ਦੀ ਸਿਰਜਣਾ ਤੋਂ ਬਾਅਦ ਠੀਕ ਹੈ ਜੀ ਦੇ ਕਾਲ ਵਿੱਚ ਉੱਤਰ ਖਾਲਸਾ ਕਾਲ ਕਿਹਾ ਜਾਂਦਾ ਹੈ ਇਸ ਕਾਲ ਵਿੱਚ ਗੁਰੂ ਜੀ ਯੁੱਧਾਂ ਵਿੱਚ ਉਹ ਉਲਝੇ ਰਹੇ ਉਹਨਾਂ ਨੇ 1721 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਅਤੇ 1702 ਈਸਵੀ ਵਿੱਚ ਨਿਰਮੋਹ ਦਾ ਯੁੱਧ 1702 ਇਸਵੀ ਦੇ ਵਿੱਚ ਜਿਹੜਾ ਹੈਗਾ ਸੀਗਾ ਅ 1702 ਇਸਵੀ ਦੇ ਵਿੱਚ ਬੋਹਲੀ ਹਾਂਜੀ ਇੱਥੇ ਲਿਖਿਆ ਹੋਇਆ ਇੱਕ ਮਿੰਟ ਹਾਂਜੀ 1702 ਇਸਵੀ ਦੇ ਵਿੱਚ ਜਿਹੜਾ ਉਹਨਾਂ ਨੇ ਬਸੋਲੀ ਦਾ ਜੰਗ ਯੁੱਧ ਸੀਗਾ ਕਰਵਾਇਆ ਸੀਗਾ 1704 ਇਸਵੀ ਦੇ ਵਿੱਚ ਅਨੰਦਪੁਰ ਸਾਹਿਬ ਦਾ ਦੂਜਾ ਜੰਗ ਅਤੇ ਸਾਹੀ 70 ਦਾ ਯੁੱਧ ਅਤੇ 1705 ਬੀਸੀ ਦੇ ਵਿੱਚ ਚਮਕੌਰ ਸਾਹਿਬ ਦਾ ਯੁੱਧ ਚਮਕੌਰ ਸਾਹਿਬ ਤੋਂ ਉਹ ਮਾਛੀਵਾੜਾ ਦੀਨਾ ਆਦਿ ਸਥਾਨਾਂ ਤੋਂ ਹੁੰਦੇ ਹੋਏ ਖਿਦਰਾਣਾ ਜਾਨਕੀ ਮੁਕਤਸਰ ਸਾਹਿਬ ਦੇ ਵਿੱਚ ਹੈਗਾ ਜਿਹੜਾ ਇਹ ਪਹੁੰਚੇ ਉਹ ਤੇ 1705 ਬੀਸੀ ਦੇ ਵਿੱਚ ਉਹਨਾਂ ਨੇ ਮੁਗਲ ਫੌਜ ਨੂੰ ਹਰਾਇਆ ਖਿਦਰਾਣਾ ਤੋਂ ਉਹ ਤਲਵੰਡੀ ਸਾਹਬੋ ਚਲੇ ਗਏ ਅਗਲਾ ਪੁਆਇੰਟ ਆਪਣੇ ਕੋਲ ਲਾਸਟ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੋਂ ਜੋਤੀ ਜੋਤ ਸਮਾ ਗਏ ਸੀਗੇ ਉਸ ਦਿਵਾਰ ਜਿਹੜਾ ਇਹਨਾਂ ਨੇ ਦੱਸਿਆ ਹੋਇਆ ਹੈਗਾ ਗੁਰੂ ਗੋਬਿੰਦ ਸਿੰਘ ਜੀ ਸਤੰਬਰ 1708 ਈਸਵੀ ਦੀ ਵਿੱਚ ਨਦੇੜ ਦੱਖਣ ਪਹੁੰਚੇ ਇੱਕ ਦਿਨ ਸ਼ਾਮ ਨੂੰ ਇੱਕ ਪਠਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਢਿੱਡ ਦੇ ਵਿੱਚ ਸੁਰਾ ਖੋਪ ਦਿੱਤਾ ਇਸ ਜ਼ਖਮ ਦੇ ਕਾਰਨ 7 ਅਕਤੂਬਰ 1708 ਈਸਵੀ ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਠੀਕ ਹੈ ਜੀ ਇਹ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਇੱਕ ਨੋਟ ਠੀਕ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਅਗਲਾ ਆਪਰੇਸ਼ਨ ਹੈਗਾ ਆਪਾਂ ਨੂੰ ਸੰਸਦ ਦੇ ਵਿੱਚ ਇੱਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ ਹਾਂਜੀ ਆਪਾਂ ਜਾਣਾਂਗੇ ਬਿਨਾਂ ਸੰਸਦ ਦੇ ਵਿੱਚ ਜਿਹੜਾ ਬਿੱਲ ਕਾਨੂੰਨ ਹੁੰਦਾ ਉਹ ਕਿਦੋਂ ਕਿਵੇਂ ਬਣਦਾਗਾ ਹਾਂਜੀ ਤੁਸੀਂ ਦੇਖ ਸਕਦੇ ਹੋਗੇ ਪੰਜਾਬ ਬੋਰਡ ਦੇ ਵਿੱਚ ਇਹ ਇਨੇ ਇਨੇ ਇਰਾਂ ਦੇ ਵਿੱਚ ਆਇਆ ਹੋਇਆ ਹੈਗਾ ਜਿਹੜਾ ਕਿ ਫਾਈਨਲ ਪੇਪਰ ਦੇ ਵਿੱਚ ਆਇਆ ਹੋਇਆ ਤਾਂ ਕਰਕੇ ਇਹ ਜਿਹੜਾ ਹੈਗਾ ਕਾਫੀ ਜਦਾ ਇੰਪੋਰਟੈਂਟ ਕਵੈਸਚਨ ਹੈਗਾ ਹਾਂਜੀ ਆਪਾਂ ਜਾਣਦੇ ਹਾਂ ਵੀ ਇਹ ਕਿਵੇਂ ਬਿੱਲ ਕਾਨੂੰਨ ਬਣਦੇ ਨੇ ਬਿੱਲ ਦੋ ਤਰ੍ਹਾਂ ਦੇ ਹੁੰਦੇ ਹਨ ਵਿਤੀ ਬਿੱਲ ਅਤੇ ਸਧਾਰਨ ਬਿੱਲ ਵਿਤੀ ਬਿੱਲ ਕਿਸੇ ਮੰਤਰੀ ਵੱਲੋਂ ਸਿਰਫ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਪਰ ਸਧਾਰਨ ਬਿੱਲ ਜਿਹੜਾ ਹੁੰਦਾ ਹੈ ਕਿਸੇ ਮੰਤਰੀ ਜਾਂ ਸੰਸਦ ਦੇ ਕਿਸੇ ਮੈਂਬਰ ਵੱਲੋਂ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਸਧਾਰਨ ਬਿੱਲ ਨੂੰ ਕਾਨੂੰਨ ਬਨਣ ਲਈ ਪਹਿਲਾਂ ਹੇਠ ਲਿਖੀਆਂ ਹਾਲਤਾਂ ਵਿੱਚੋਂ ਠੀਕ ਹੈ ਜੀ ਦੀ ਲੰਘਣ ਦੀ ਪੈਂਦੀ ਹੈ ਠੀਕ ਹੈ ਲੰਘਣਾ ਪੈਂਦਾ ਹੈਗਾ ਹੇਠੇ ਦਿੱਤੇ ਹੋਈਆਂ ਨੇਗੀਆਂ ਸ਼ਰਤਾਂ ਨੇਗੀਆਂ ਹਾਂਜੀ ਪਹਿਲੀ ਸ਼ਰਤ ਹੈਗੀ ਆ ਪਹਿਲਾ ਪੜਾ ਜਾਂ ਪੜਤ ਇਸ ਹਾਲਾਤ ਵਿੱਚ ਬਿੱਲ ਉੱਤੇ ਬਹਿਸ ਨਹੀਂ ਹੁੰਦੀ ਇਸ ਦੇ ਸਿਰਫ ਜਿਹੜਾ ਮੁੱਖ ਉਦੇਸ਼ ਦੱਸੇ ਜਾਂਦੇ ਹਨ ਦੂਜਾ ਹੈਗਾ ਦੂਜਾ ਪੜਾ ਦਿੱਤਾ ਹੋਇਆ ਇਹਨਾਂ ਨੇ ਇਹ ਜਿਹੜਾ ਹੈਗਾ ਤੁਸੀਂ ਨੇ ਸਾਰਾ ਜਿਹੜਾ ਕੌਂਸਟਾਂਗ ਇਹ ਪੜ੍ਹ ਦੇਣਾ ਠੀਕ ਹੈ ਜੀ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਪੇਪਰ ਸ਼ੇਅਰ ਕਰਨਾ ਸੀ ਅਤੇ ਇਸ ਤੋਂ ਬਾਅਦ ਅਸੀਂ ਇੱਕ ਹੋਰ ਪੇਪਰ ਸ਼ੇਅਰ ਕਰਾਂਗੇ ਉਸ ਨੂੰ ਵੀ ਤੁਸੀਂ ਨੇ ਜਰੂਰ ਦੇਖ ਲੈਣਾ ਉਸ ਦਾ ਲਿੰਕ ਸਾਇਡ ਦਾ ਮੈਂ ਡਿਸਕ੍ਰਿਪਸ਼ਨ ਦੇ ਦਿੱਤਾ ਹੋਵੇ ਇੱਕ ਵਾਰੀ ਡਿਸਕ੍ਰਿਪਸ਼ਨ ਦਾ ਬਾਕਸ ਚੈੱਕ ਕਰ ਲੈਣਾ ਉੱਤੇ ਲਿਖਿਆ ਆ ਰਿਹਾ ਹੋਗਾ ਪੇਪਰ ਨੰਬਰ 2 ਤੁਸੀਂ ਉਸ ਦੇ ਉੱਤੇ ਕਲਿੱਕ ਕਰਕੇ ਉਸ ਪੇਪਰ ਨੂੰ ਵੀ ਦੇਖ ਲੈਣਾ ਜੇਕਰ ਹਜੇ ਨਹੀਂ ਆਇਆ ਲਿੰਕ ਤਾਂ ਤੁਹਾਡੇ ਨਾਲ ਜਲਦੀ ਅਪਲੋਡ ਕਰ ਦਿੱਤਾ ਜਾਵੇਗਾ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰ ਦੇਣਾ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰਾਂ ਪੇਪਰਾਂ ਦੇ ਲਈ ਦੋਨੇ ਗਰੁੱਪਾਂ ਨੂੰ ਵਟਸਐਪ ਨੂੰ ਅਤੇ ਟੈਲੀਗ੍ਰਾਮ ਨੂੰ ਜੋ ਉਹਨਾਂ ਨੂੰ ਜੁਆਇਨ ਜਰੂ ਠੀਕ ਹੈ ਜਿੰਨਾ ਲਿੰਕ ਆਪਾਂ نیچے ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈਗਾ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਤਕਲੀ ਧੰਨਵਾਦ